प्रोग्राम दे विच हुण शामिल करन जा रहे हाँ एक बहुत ही वधिया नौजवान आर्टिस्ट नू। तुसी हमेशा सुनते रहे हो साडे प्रोग्राम्स दे विच इमर्जिंग आर्टिस्ट ऑफ कैनेडा लड़ी तहत बहुत सारे नौजवान अजिहे ने जो आते हैं और अपनी कला का प्रदर्शन करते हैं और तुहाडे नाल सांझियां करते हैं अपनियां गल्लां। सो इन्हां नू तुहाडे सामने लियाउण दा मकसद तुहाडियां ब्लैसिंग्स इन्हां नू चाहीदियां ने और जित्थों इन्हां ने शुरू कीता इन्हां नू लोड़ है इन्हां ब्लैसिंग्स दी और तुसी इन्हां नू सुनो, इन्हां दे संगीत नू माणो, इन्हां दीआं गल्लां नू माणो और इस करके इन्हां नू इत्थे बुलाया जांदा है। एक शुरुआत तुहाडे राहीं इह करदे ने। सो अज साडे नाल शामिल हो रहे ने डी पी सिंह। डी पी सति श्री अकाल। सति श्री अकाल निमी जी, थैंक्स फॉर हैविंग मी हियर। अरे वाह डी पी, एक तो वैसे डीपी जिहड़ा वर्ड है सुन के पहला मैं तुहानू यही कह रही सी कि क्यों ना पहला तुहाडा पूरा नाम पूछा जावे। जी जी जी, डीपी सिंह। डीपी सिंह दा की है जी पूरा, मैनू दस्सो पूरा नाम। जी दृष्टप्रीत सिंह। दृष्टप्रीत, कमाल है जी। लो जी जी जी, बहुत ही प्यारा और बड़ा यूनिक नेम है दृष्टप्रीत। थैंक यू जी, और एदा बनाता डीपी सिंह। डीपी मेरे, मैं नहीं बनाया, मेरे दोस्तां ने शुरू तो ही बचपन तो ही बनाता। चंगा कीता, गोरियां लई बहुत औखा होना सी। हां जी, नहीं गोरे भी बुला लेंदे आ, दृश कह लेंदे, गोरे दृश कह लेंदे आ। हां जी हां जी, दृश इज इजी फॉर देम राइट, ते नहीं गोरे भी कह लेंदे आ, पर डीपी इजी रहंदा मेनू अपने आप नू। आई फील लाइक आई एम डीपी, मतलब लाइक द दो डिफरेंट एंटिटीज ने राइट। दृष्टप्रीत इज अ डिफरेंट लाइक पर्सनल आइडेंटिटी होगी, डीपी इज लाइक जड़ा पब्लिक लई हो गया सारेयां लई। बाकी कहंदे ने अपनी डीपी चेंज कर दे, ਤੁਹਾਨੂੰ ਵੀ ਕਹਿੰਦਾ ਕੋਈ ਵੀ ਆਪਣੀ ਡੀਪੀ ਚੇਂਜ ਕਰ ਦੋ? ਉਹ ਪਹਿਲਾਂ ਪਹਿਲਾਂ ਬਹੁਤ ਸਾਲ ਪਹਿਲਾਂ ਇੱਕ ਜੋਕ ਸੀਗਾ, ਬਟ ਦੈਟ ਵਾਸ ਲਾਈਕ ਕਪਲ ਮੰਥਸ। ਡੀਪੀ ਇਜ਼ ਅ ਵੈਰੀ ਕੈਚੀ ਨੇਮ, ਡੀਪੀ ਸਿੰਘ, ਐਂਡ ਆਈ ਰੀਲੀ ਲਾਈਕ ਇਟ। ਸੋ ਖੈਰ, ਪਹਿਲਾਂ ਤਾਂ ਵੈਲਕਮ ਟੂ ਸ਼ੇਰੇ ਪੰਜਾਬ ਸਟੂਡੀਓ, ਔਰ ਬਹੁਤ ਵਧੀਆ ਲੱਗਿਆ ਤੁਸੀਂ ਅੱਜ ਆਏ ਹੋ ਔਰ ਨਵੇਂ ਸਾਲ ਦੇ ਪਹਿਲੇ ਤੁਸੀਂ ਸਾਡੇ ਅੱਜ ਆਰਟਿਸਟ ਜਿਹਨਾਂ ਨਾਲ ਅਸੀਂ ਇੰਟਰਵਿਊ ਕਰ ਰਹੇ ਹਾਂ। ਥੈਂਕ ਯੂ ਵੈਰੀ ਮਚ। ਸੋ ਵੀ ਆਰ ਵੈਰੀ ਹੈਪੀ ਟੂ ਹੈਵ ਯੂ ਹੇਅਰ ਡੀਪੀ। ਔਰ ਦੱਸੋ ਕਿ ਕੈਨੇਡਾ ਆਇਆਂ ਨੂੰ ਕਿੰਨਾ ਚਿਰ ਹੋ ਗਿਆ? ਕੈਨੇਡਾ ਫਾਮ ਨੋਟ ਰੋਂਗ 7 ਸਾਲ ਹੋ ਗਏ ਕੰਪਲੀਟ, ਤੇ 2014 ਚ ਆਇਆ ਸੀਗਾ ਜੀ। 2014 ਚ ਆਇਆ? 2014 ਡਿਸੰਬਰ ਚ। ਹਾਂਜੀ। ਅੱਛਾ, ਤੇ 7 ਸਾਲ ਹੋਣੇ ਮੈਨੂੰ ਲੱਗਦਾ ਕੰਪਲੀਟ ਹੋਇਆ 24 ਡਿਸੰਬਰ ਨੂੰ। ਅਰੇ ਵਾਹ। ਤੇ ਹਾਂਜੀ, ਬਸ ਇਦਾਂ ਹੀ ਆ ਜੀ, ਜਰਨੀ ਚੱਲ ਰਹੀ ਹੈ। ਅੱਛਾ, ਸੋ ਕਿਸ ਤਰ੍ਹਾਂ ਆਏ ਸੀਗੇ? ਐਜ਼ ਅ ਸਟੂਡੈਂਟ ਆਏ ਸੀ? ਹਾਂਜੀ ਹਾਂਜੀ, ਮੈਂ ਸਟੂਡੈਂਟ ਆਇਆ ਸੀਗਾ ਜੀ ਆਪਣੇ ਖਾਸ ਕਾਲਜ ਸ਼ੈਰੀਡਨ ਬ੍ਰੈਂਪਟਨ ਡੇਵਿਸ ਕੈਂਪਸ ਦੇ। ਉਹ ਅੱਛਾ, ਤੁਸੀਂ ਪਹਿਲਾਂ ਬ੍ਰੈਂਪਟਨ ਤੇ ਸੀਗੇ? ਅੱਛਾ, ਕਿੰਨੇ ਸਾਲ ਰਹੇ ਉੱਥੇ ਬ੍ਰੈਂਪਟਨ? ਮੈਂ 2 ਸਾਲ ਰਿਹਾ ਜੀ ਆਲਮੋਸਟ, 14 ਤੇ ਵਿੱਚ ਤਾਂ ਚਲੋ ਹਫਤਾ ਹੀ ਸੀਗਾ, ਪਰ 15 16 ਮੈਂ ਗ੍ਰੈਜੂਏਟ ਹੋਇਆ ਤੇ ਉਸ ਤੋਂ ਬਾਅਦ ਵੈਂਕੂਵਰ ਮੂਵ ਹੋ ਗਿਆ। ਅੱਛਾ, ਸ਼ੈਰੀਡਨ ਬ੍ਰੈਂਪਟਨ। ਹਾਂਜੀ, ਥੋੜੇ ਕੁਝ ਮੇਰੀਆਂ ਕਲਾਸਿਸ ਉਧਰ ਮਿਸੀਸਾਗਾ ਕੈਂਪਸ 'ਚ ਸੀਗੀਆਂ। ਅੱਛਾ ਹਾਂਜੀ, ਚਲੋ ਹੁਣ ਪੁੱਛਣਾ ਤਾਂ ਬਣਦਾ ਹੈ ਵੀ ਡੂ ਯੂ ਲਾਈਕ ਬ੍ਰੈਂਪਟਨ ਮੋਰ ਔਰ ਡੂ ਯੂ ਲਾਈਕ ਸਰੀ ਮੋਰ? ਵੈਰੀ ਹਾਰਡ ਟੂ ਸੇ, ਇੱਕ ਨੇ ਜੰਮਿਆ ਪਾਲਿਆ ਹਨਾ, ਤੇ ਇੱਕ ਨੇ ਸਾਨੂੰ ਉੱਤੇ ਉਛਾਲਿਆ, ਸੋ ਇੱਦਾਂ ਕਹਿਣਾ ਔਖਾ ਕਿਸੇ ਲਈ ਵੀ। ਦੋਨੋਂ ਆਪਣੀ ਆਪਣੀ ਜਗ੍ਹਾ ਹੈ ਜੀ, ਹੁਣ ਬ੍ਰੈਂਪਟਨ ਨਾਲ ਵੱਖਰਾ ਪਿਆਰ ਹੈ, ਉੱਥੇ ਆਪਣੇ ਆੜੀ ਰਹਿੰਦੇ ਆ, ਇੱਥੇ ਆਪਣੇ ਆ, ਇੱਥੇ ਹੋਰ ਤਰ੍ਹਾਂ ਦੀ ਲਾਈਫ ਹੈ, ਉੱਥੇ ਹੋਰ ਤਰ੍ਹਾਂ ਦੀ ਸੀ। ਸੋ ਵਧੀਆ ਜੋ ਹੈ ਸਾਰੀ ਵਧੀਆ ਜੀ, ਮੈਨੂੰ ਲੱਗਦਾ ਦੋਨੋਂ ਆਪਣੀ ਆਪਣੀ ਜਗ੍ਹਾ ਹੈ ਜੀ। ਸੋ ਤੁਸੀਂ ਜਦੋਂ ਆਏ ਸੀਗੇ 2014 ਵਿੱਚ, ਸੋ ਉੱਥੇ ਇੰਡੀਆ ਤੋਂ? ਹਾਂਜੀ ਹਾਂਜੀ, 12th ਤੋਂ ਬਾਅਦ ਆਏ ਸੀ? ਹਾਂਜੀ ਹਾਂਜੀ, ਹਾਈ ਸਕੂਲ ਤੋਂ ਬਾਅਦ। ਹਾਈ ਸਕੂਲ ਤੋਂ ਬਾਅਦ? ਹਾਂਜੀ, 12th ਤੋਂ ਬਾਅਦ। 12th ਤੋਂ ਬਾਅਦ ਤੁਸੀਂ? ਮੈਡੀਕਲ ਸੀਗਾ ਮੇਰੇ ਕੋਲ ਉਦੋਂ ਤੇ, ਪਰ ਇੱਥੇ ਆ ਕੇ ਮੈਂ ਬਿਜ਼ਨਸ 'ਚ ਹੋ ਗਿਆ ਸੀ। ਇਹ ਕਿੱਦਾਂ ਹੋ ਗਿਆ? ਜਿਹੜਾ ਬੰਦਾ ਬੈਠ ਗਿਆ, ਇਟ ਵਾਸ ਮੈਂਟ ਟੂ ਬੀ ਐਕਚੁਅਲੀ, ਮੈਡੀਕਲ ਵਾਸ ਨਾਟ ਮੈਂਟ ਟੂ ਬੀ। ਮੈਡੀਕਲ ਵਾਸ ਨਾਟ ਮੈਂਟ ਟੂ ਬੀ? ਨਾਟ ਮੈਂਟ ਟੂ ਬੀ। ਅੱਛਾ, ਮਤਲਬ ਆਈ ਵਾਸ ਗੁੱਡ ਵਿਦ ਦ ਸਟੱਡੀਜ਼, ਬਟ ਉਦਾਂ ਸੀਗਾ ਕਿ ਚਲ ਕਰ ਲੈਣਾ ਸੀਗਾ ਮੈਂ, ਤੇ ਮੈਂ ਬਿਨਾਂ ਪੜ੍ਹੇ ਜਿੱਦਾਂ 80 75 70 to 80 ਸਕੋਰ ਕਰ ਲੈਂਦਾ ਸੀ, ਐਵਰੇਜ ਸਟੂਡੈਂਟ ਸੀਗਾ, ਤੇ ਪਰ ਕਿਉਂਕਿ ਮੈਂ ਧਿਆਨ ਨਹੀਂ ਲਾਉਂਦਾ, ਜਿਤ ਲਾਉਂਦਾ ਤਾਂ ਸ਼ਾਇਦ ਮੈਂ ਜ਼ਿਆਦਾ ਕਰ ਲੈਂਦਾ, ਤਾਂ ਬਿਨਾਂ ਪੜ੍ਹੇ ਪੁੜੇ ਇੱਦਾਂ ਹੀ ਚੱਲੀ ਜਾਂਦਾ ਸੀ ਕੰਮ, ਧਿਆਨ ਹਮੇਸ਼ਾ ਇੱਧਰ ਹੀ ਡਰਾਮਾ 'ਚ ਹੀ ਰਹਿੰਦਾ ਸੀ, ਸਕੂਲ ਦੇ ਪਰਫੋਰਮੈਂਸਿਸ ਕਰ ਲਏ ਹੈ ਨਾ, ਸਟੇਜ 'ਤੇ ਰਹਿ ਲਏ, ਬਸ ਇੱਦਾਂ ਹੀ ਧਿਆਨ ਰਹਿੰਦਾ ਸੀ ਹਮੇਸ਼ਾ, ਅਤੇ ਕਦੇ ਇੱਦਾਂ ਸੀਗਾ ਨਹੀਂ ਕਿ ਮੇਰੇ ਦਾਦਾ ਜੀ ਡਾਕਟਰ ਨੇ, ਅਤੇ ਫਿਰ ਉਹ ਸੀਗਾ ਕਿ ਇੱਕ ਫੈਮਿਲੀ ਦੇ ਵਿੱਚ ਜਿੱਦਾਂ ਮੈਡੀਕਲ ਲਾਈਨ ਸੀਗੀ ਸ਼ੁਰੂ ਤੋਂ ਥੋੜ੍ਹੀ ਜਿਹੀ, ਅਤੇ ਇੰਟਰਸਟ ਵੀ ਸੀਗਾ ਬਾਇਓਲੋਜੀ 'ਚ ਮੇਰਾ, ਬਟ ਯੂ ਨੋ ਮੈਨੂੰ ਬਹੁਤ ਵਧੀਆ ਲੱਗਦੇ ਸਟੂਡੈਂਟ ਜਿਹੜੇ ਬਾਇਓਲੋਜੀ ਦੇ ਬਾਇਓਲੋਜੀ ਲਾਈਕ ਕਰਦੇ ਨੇ, ਕਿਉਂਕਿ ਮੈਂ ਖੁਦ ਬਾਇਓਲੋਜੀ ਬਹੁਤ ਲਾਈਕ ਕਰਦੀ ਹਾਂ। ਹਾਂਜੀ ਹਾਂਜੀ, ਤੇ ਮੈਥਸ ਵਿੱਚ ਆਈ ਵਾਸ ਅ ਬਿਗ ਜ਼ੀਰੋ, ਮੈਂ ਬੜੇ ਮਾਣ ਨਾਲ ਗਈ। ਮੈਥਸ ਨਹੀਂ, ਮੈਂ ਮੈਥਸ ਮੈਂ ਵੀ ਬਹੁਤ ਪ੍ਰੋਬਬਲੀ ਬਿਗਰ ਜ਼ੀਰੋ ਦੈਨ ਯੂਰ ਪ੍ਰੋਬਬਲੀ, ਵੀ ਕੈਨ ਟੈਸਟ ਦੈਟ ਲੇਟਰ। ਨਹੀਂ ਟੈਸਟ ਨਾ ਲਿਓ ਜੀ, ਔਖਾ ਹੋ ਜਾਣਾ ਕੰਮ। ਅੱਛਾ, ਸੋ ਖੈਰ 12th ਤੋਂ ਬਾਅਦ ਤੁਸੀਂ ਇੱਥੇ ਆਏ? ਹਾਂਜੀ ਹਾਂਜੀ, ਯੂ ਵਰ ਟੂ ਯੰਗ ਦੈਨ, ਔਰ ਹੁਣ ਵੀ ਖੈਰ ਤੁਸੀਂ ਯੰਗ ਹੀ ਹੋ, ਪਰ ਤੁਸੀਂ ਆਪਣੇ 7 ਸਾਲ ਦਾ ਸਫ਼ਰ ਥੋੜ੍ਹਾ ਦੱਸੋ ਕਿ ਕੀ ਕੀਤਾ ਇੱਥੇ ਆ ਕੇ?
ਮੈਂ ਤੁਹਾਨੂੰ ਬਰੀਫ ਚ ਦੱਸ ਦਿੰਦਾ ਥੋੜਾ ਜਿਹਾ ਜਿੱਦਾਂ, ਪਰ ਜ਼ਿਆਦਾ ਮੈਂ ਆਪਣਾ ਕੁਛ ਕੰਟੈਂਟ ਗਾਣਿਆਂ ਲਈ ਸਾਂਭ ਕੇ ਰੱਖਣਾ ਚਾਹੁੰਦਾ, ਜਿਹੜੀ ਮੇਰੀ ਜਰਨੀ ਹੈ ਉਹ ਮੈਂ ਉਹਦੇ ਚ ਐਕਸਪਲੇਨ ਹੌਲੀ ਹੌਲੀ ਕਰਨੀ ਹੈ, ਕੁਛ ਜਿਹੜੇ ਮੇਜਰ ਐਲੀਮੈਂਟਸ ਰਹੇ ਆ ਹਨਾ, ਬੀ ਇਟ ਐਨੀਥਿੰਗ, ਬੀ ਇਟ ਫਰੋਮ ਫਰੋਮ ਦੀ ਕਰੀਅਰ ਟੂ ਹਾਰਟ ਬ੍ਰੇਕਸ ਟੂ ਐਨੀਥਿੰਗ ਹਨਾ, ਟੂ ਐਨੀਥਿੰਗ। ਹਾਰਟ ਬ੍ਰੇਕਸ ਆਲਰੇਡੀ, ਹਾਰਟ ਬ੍ਰੇਕ ਤਾਂ ਚਲੋ ਚੱਲਦੇ ਰਹਿੰਦੇ, ਨਹੀਂ ਜ਼ਰੂਰੀ ਨਹੀਂ ਕਿ ਹਾਰਟ ਬ੍ਰੇਕ ਕਿਸੇ ਰਿਲੇਸ਼ਨਸ਼ਿਪ 'ਚ ਹੀ ਹੋਵੇ, ਕਈ ਵਾਰ ਤੁਹਾਨੂੰ ਕਈ ਵਾਰ ਰਿਸ਼ਤੇਦਾਰ ਨਾਲ ਵੀ ਇੱਕ ਹੋ ਜਾਂਦੀ ਹੈ ਕੋਈ, ਉਹ ਵੀ ਹਾਰਟ ਬ੍ਰੇਕ ਹੀ ਹੈ, ਦਿਲ ਜਦੋਂ ਕੋਈ ਆਪਣਾ ਤੋੜੇ ਜ਼ਿਆਦਾ ਦੁੱਖ ਲੱਗਦਾ, ਰਿਸ਼ਤੇਦਾਰ ਤਾਂ ਦਿਮਾਗ ਬ੍ਰੇਨ ਬ੍ਰੇਕ ਵੀ ਕਰ ਦਿੰਦੇ, ਨਹੀਂ ਉਹ ਤਾਂ ਹੈ ਹੀ ਹੈ ਜੀ, ਉਹ ਐਕਸਪੈਕਟਡ ਨਹੀਂ ਹੁੰਦਾ ਐਕਚੁਅਲੀ, ਤਾਂ ਕਰਕੇ ਉਹ ਜ਼ਿਆਦਾ ਦੁੱਖ ਲੱਗਦਾ, ਨਹੀਂ ਪਰ ਕੋਈ ਗੱਲ ਨਹੀਂ, ਸਭ ਚੱਲਦਾ, ਪਾਰਟ ਆਫ ਲਾਈਫ ਰਾਈਟ। ਸੋ ਕਿਹਦਾ ਰਿਹਾ ਸਫ਼ਰ ਤੇ ਹੋਰ ਕੀ ਕਰ ਰਹੇ ਹੋ, ਸਾਰਾ ਦੱਸੋ। ਸਫ਼ਰ ਬਹੁਤ ਸੋਹਣਾ ਰਿਹਾ ਜੀ, ਉਤਾਰ ਚੜਾ ਸਭ ਦੀ ਜ਼ਿੰਦਗੀ 'ਚ ਆਉਂਦੇ ਆ, ਮੇਰੀ 'ਚ ਵੀ ਆਏ, ਅਤੇ ਉਹਨਾਂ ਨੇ ਨਿਖਾਰਿਆ ਹੀ ਹੈ, ਥੱਲੇ ਗੇਰਿਆ ਉੱਪਰ ਹੋਰ ਲਿਆਂਦਾ, ਸੋ ਵਧੀਆ ਚੀਜ਼ ਰਿਹਾ ਜੀ, ਬਹੁਤ ਵਧੀਆ ਰਿਹਾ ਸਫ਼ਰ। ਹੁਣ ਬਿਜ਼ਨਸ ਦੇ ਵਿੱਚ ਆ ਜੀ, ਕਿਉਂਕਿ ਸ਼ੁਰੂ ਤੋਂ ਹੀ ਤੁਹਾਨੂੰ ਦੱਸਿਆ ਕਿ ਬਿਜ਼ਨਸ ਵਾਜ਼ ਮੈਂਟ ਟੂ ਬੀ ਐਂਡ ਆਰਟ ਵਾਜ਼ ਮੈਂਟ ਟੂ ਬੀ। ਜੇ ਮੈਂ ਡਾਕਟਰ ਵੀ ਉੱਧਰ ਮੈਡੀਕਲ ਫੀਲਡ 'ਚ ਵੀ ਸੀਗਾ, ਅਤੇ ਮੈਨੂੰ ਇੱਦਾਂ ਹੀ ਲੱਗਦਾ ਰਹਿਣਾ ਕਿ ਯੂ ਨੋ ਹੋਸਪਿਟਲ ਹੋਵੇ ਕਦੇ, ਚਲ ਡਾਕਟਰਸ ਨੀਚੇ ਰੱਖ ਕੇ ਹਨਾ ਆਪਣਾ ਹੋਸਪਿਟਲ ਕਰ ਲਾਂਗੇ, ਆਪਣਾ ਹੋਸਪਿਟਲ ਹੋਵੇ ਅਤੇ ਆਪਾਂ ਆਰਾਮ ਨਾਲ ਬੈਠੇ ਹੋਈਏ, ਉਹ ਇੱਕ ਬਿਜ਼ਨਸ ਮਾਇੰਡ ਸੀਗਾ, ਉਹ ਬੜਾ ਬਚਕਾਨੀ ਜਿਹੀ ਗੱਲ ਸੀਗੀ ਕਿ ਇੱਦਾਂ ਸੋਚਣਾ, ਕਿਉਂਕਿ ਮੈਨੂੰ ਲੱਗਦਾ ਕਿ ਉਹ ਇੱਦਾਂ ਦੀ ਸੋਸ਼ਲ ਸਰਵਿਸ ਹੈ ਜਿੱਦੀ ਜਿਹਦੇ 'ਚ ਟੋਪ ਪ੍ਰਾਇਓਰਿਟੀ ਤੁਹਾਡੀ ਹਨਾ ਪੈਸਾ ਨਹੀਂ ਹੋਣੀ ਚਾਹੀਦੀ, ਜੇ ਜੇ ਤੁਸੀਂ ਡਾਕਟਰ ਫੀਲਡ 'ਚੋਂ, ਮੈਡੀਕਲ ਫੀਲਡ 'ਚੋਂ ਸੋਰੀ ਹਨਾ, ਅਤੇ ਉਹਦੇ 'ਚ ਫਿਰ ਜੇ ਮੇਰੇ ਦਿਮਾਗ 'ਚ ਪੈਸਾ ਸੀਗਾ ਕਿ ਮੈਂ ਹਨਾ ਹੋਸਪਿਟਲ ਬਿਜ਼ਨਸ ਮਾਇੰਡ ਇੱਕ ਹੋਸਪਿਟਲ ਰੱਖਿਆ ਹੋਇਆ ਸੀ, ਉਹ ਫਿਰ ਇਟ ਵਾਜ਼ਨਟ ਮੈਂਟ ਟੂ ਬੀ ਰਾਈਟ, ਦੈਟਸ ਵਾਈ ਆਈ ਸੈਡ ਕਿ ਜੇ ਬਿਜ਼ਨਸ ਦਿਮਾਗ ਸੀਗਾ ਤਾਂ ਬਿਜ਼ਨਸ ਵਾਲੇ ਪਾਸੇ ਚੱਲ ਗਿਆ ਹਨਾ, ਅਤੇ ਪਲੱਸ ਫੈਮਿਲੀ ਡੈਡ ਮੇਰੇ ਬਿਜ਼ਨਸਮੈਨ ਹੈ, ਸੋ ਉੱਦਾਂ ਹੀ ਇੱਕ ਪੁਸ਼ ਮਿਲ ਗਿਆ ਜਸਟ। ਦੈਟਸ ਗੁੱਡ, ਕੀ ਬਿਜ਼ਨਸ ਕਰਦੇ? ਗੈਸ ਸਟੇਸ਼ਨਸ ਹੈ ਜੀ। ਗੈਸ ਸਟੇਸ਼ਨਸ, ਜਿੱਦਾਂ ਦਾ ਜਿੱਦਾਂ ਦੇ ਆਪਾਂ ਲੋਕਾਂ ਚ ਬਹਿੰਦੇ ਆਪਾਂ ਉਦਾਂ ਦੇ ਹੋ ਜਾਂਦੇ ਜੀ। ਵੈਰੀ ਨਾਈਸ ਬੱਚੇ। ਔਰ ਅੱਛਾ, ਗੈਸ ਸਟੇਸ਼ਨਸ ਹੈਗੇ ਨੇ, ਤੋ ਬਿਜ਼ਨਸ ਕਰਦੇ ਹੋ ਤੁਸੀਂ? ਹਾਂਜੀ ਹਾਂਜੀ ਹਾਂਜੀ। ਤੇ ਆਪਣੀ ਰਿਹਾਇਸ਼ ਸਰੀ ਦੇ ਵਿੱਚ? ਨਹੀਂ, ਮੈਂ ਵੈਂਕੂਵਰ ਆਈਲੈਂਡ 'ਤੇ ਰਹਿੰਦਾ ਜੀ ਫਿਲਹਾਲ। ਮੈਂ ਪਹਿਲਾਂ ਵੈਂਕੂਵਰ ਆਇਆ, ਫਿਰ ਉਸ ਤੋਂ ਬਾਅਦ ਮੈਂ ਵਰਨਨ ਕਲੋਨਾ ਉੱਧਰ ਰਿਹਾ ਜੀ 2-3 ਸਾਲ। ਉੱਥੇ ਆਪਾਂ ਵਰਕ ਪਰਮਿਟ 'ਤੇ ਪਰਮਨੈਂਟ ਰੈਜ਼ੀਡੈਂਟ ਹੋਣਾ ਸੀ ਉੱਧਰ, ਅਤੇ ਆਈ ਗੈਸ ਦੈਟ ਵਾਜ਼ ਅ ਲਾਈਫ ਚੇਂਜਿੰਗ ਐਕਸਪੀਰੀਅੰਸ, ਉੱਥੇ ਰਹਿਣਾ, ਉੱਥੇ ਜਾਣਾ, ਚੀਜ਼ਾਂ ਨਵੀਆਂ ਸਿੱਖਣੀਆਂ, ਯੂ ਨੋ ਆਪਣੇ ਕੰਫਰਟ ਜ਼ੋਨ 'ਚੋਂ ਬਾਹਰ ਆਉਣਾ। ਪਹਿਲਾਂ ਇੱਕ ਮੈਂ ਤਾਂ ਕੰਫਰਟ ਜ਼ੋਨ ਹੀ, ਮੈਨੂੰ ਤਾਂ ਲੱਗਦਾ ਮੈਂ ਚੇਂਜ ਹੀ ਕਰੀ ਜਾਂਦਾ, ਪਹਿਲਾਂ ਇੰਡੀਆ ਤੋਂ ਕੰਫਰਟ ਜ਼ੋਨ ਚੇਂਜ ਕਰਕੇ ਇੱਥੇ ਆਏ, ਫਿਰ ਟੋਰਾਂਟੋ, ਅਤੇ ਫਿਰ ਹੁਣ ਇੱਧਰ ਵੈਂਕੂਵਰ, ਫਿਰ ਸਰੀ ਕਲੋਨਾ, ਹੁਣ ਫਾਈਨਲੀ ਵੈਂਕੂਵਰ ਆਈਲੈਂਡ 'ਤੇ ਹੈਗੇ ਹਾਂ। ਅੱਛਾ, ਹਾਂਜੀ, ਪਰ ਇੱਧਰ ਆਉਣ ਜਾਣ ਲੱਗਿਆ ਰਹਿੰਦਾ ਜਦੋਂ ਕੁਛ ਹੁੰਦਾ, ਮੀਟਿੰਗਸ ਵਗੈਰਾ। ਦੈਟਸ ਰੀਲੀ ਨਾਈਸ। ਅੱਛਾ, ਖੈਰ ਆਪਾਂ ਗੱਲ ਤਾਂ ਕਰ ਰਹੇ ਹਾਂ, ਅਤੇ ਇੱਥੋਂ ਦੀ ਗੱਲ ਕਰ ਲਈ, ਟੋਰਾਂਟੋ ਦੀ ਗੱਲ ਕਰ ਲਈ, ਇੰਡੀਆ ਆਪਣਾ ਕਿਹੜਾ ਪਿੰਡ ਜਾਂ ਸ਼ਹਿਰ? ਆਪਣਾ ਸ਼ਹਿਰ ਹੈ ਜੀ ਮਲੋਟ। ਕੁਛ ਲੋਕਾਂ ਨੂੰ ਸ਼ਾਇਦ ਨਾ ਪਤਾ ਹੋਵੇ, ਮਲੋਟ ਸਾਡਾ ਸ਼ਹਿਰ ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਪੈਂਦਾ, ਸਾਡੇ ਡਿਸਟ੍ਰਿਕਟ ਮਸ਼ਹੂਰ ਹੈ, ਇਟਸ ਵੈਰੀ ਫੇਮਸ। ਹੁਣ ਕਰ ਦੇਣਾ ਜੀ, ਜੇ ਨਹੀਂ ਹੋਇਆ ਤਾਂ, ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਦੱਸ ਦੇਣਾ। ਨਹੀਂ ਪਤਾ, ਮਲੋਟ ਵਾਲਾ ਡੀਪੀ ਦੱਸੋ ਥੋੜ੍ਹਾ ਜਿਹਾ ਮਲੋਟ ਬਾਰੇ, ਕਿੰਨਾ ਕੁ ਚੇਤੇ ਆਉਂਦਾ ਹੈ ਮਲੋਟ? ਨਹੀਂ, ਮਲੋਟ ਚੇਤੇ, ਉਹੀ ਗੱਲ ਕਿ ਕਹਿੰਦੇ ਹੁੰਦੇ ਚੇਤੇ ਤਾਂ ਕਰੀਏ ਜੇ ਭੁੱਲੀਏ ਹੋਵੇ ਹਨਾ, ਅਤੇ ਅਸੀਂ ਕਦੇ, ਮੈਨੂੰ ਲੱਗਦਾ ਅਸੀਂ ਨਹੀਂ ਭੁੱਲ ਸਕਾਂਗੇ ਕਦੇ ਵੀ ਨਹੀਂ, ਉਹ ਜਿਹੜੇ ਹਸੀਨ ਪਲ ਉੱਥੇ ਬਿਤਾ ਲਏ ਹਨਾ ਆਪਣੇ ਸ਼ਹਿਰ ਆਪਣੇ ਪਿੰਡ 'ਚ, ਸਾਨੂੰ ਮੈਨੂੰ ਲੱਗਦਾ ਨਹੀਂ ਕਦੇ ਵੀ ਸਾਡੇ ਅੰਤ ਟਾਈਮ ਤੱਕ ਜਾਣਗੇ ਕਦੇ ਵੀ, ਉਹ ਹਮੇਸ਼ਾ ਘੁੰਮਦੀਆਂ ਰਹਿਣਗੀਆਂ ਜ਼ਿਹਨ 'ਚ ਗੱਲਾਂ ਕਿ ਅਸੀਂ ਇੱਦਾਂ ਕਰਦੇ ਹੁੰਦੇ ਸੀ। ਉੱਥੇ ਜਾ ਕੇ ਇੱਕ ਵਾਈਬ ਵੀ ਡਿਫਰੈਂਟ ਹੁੰਦੀ ਹੈ ਨਾ, ਇੱਦਾਂ ਫੀਲ ਹੁੰਦਾ ਕਿ ਛੁੱਟੀਆਂ ਨੇ। ਹਾਂ ਬਿਲਕੁਲ, ਔਰ ਮੈਂ ਸੱਚੀ ਦੱਸਾਂ ਡੀਪੀ, ਕਈ ਵਾਰੀ ਅਸੀਂ ਨਾ ਪਿੰਡਾਂ ਦੀਆਂ ਗੱਲਾਂ ਕਰੀਆਂ ਨੇ, ਬਜ਼ੁਰਗ ਬਹੁਤ ਪ੍ਰੋਗਰਾਮ ਦੇ ਵਿੱਚ ਆਉਂਦੇ ਨੇ ਔਰ ਉਹ ਪੁਰਾਣੇ ਸਮੇਂ ਦੀਆਂ ਗੱਲਾਂ ਕਰਦੇ ਨੇ, ਔਰ ਕਈ ਵਾਰੀ ਸੋਚਦਾ ਵੀ ਹਮੇਸ਼ਾ ਪੁਰਾਣੇ ਸਮੇਂ ਨੂੰ ਯਾਦ ਕਰਦੇ ਨੇ ਸ਼ਾਇਦ ਬਜ਼ੁਰਗ, ਪਰ ਨਹੀਂ, ਨੌਜਵਾਨ ਵੀ ਜਿੱਥੇ ਵੀ ਅਸੀਂ ਰਹਿੰਦੇ ਹਾਂ ਜਾਂ ਪੁਰਾਣਾ, ਉਹ ਭੁੱਲ ਨਹੀਂ ਹੁੰਦਾ ਨਾ। ਨਹੀਂ ਭੁੱਲ ਹੁੰਦਾ ਜੀ, ਮੇਜਰ ਮੇਜਰ ਪਾਰਟ ਆਫ ਲਾਈਫ ਅਸੀਂ ਉੱਥੇ ਸਪੈਂਡ ਕੀਤਾ ਹਨਾ, ਸੋ ਅਸੀਂ ਕਿੱਦਾਂ ਭੁੱਲ ਸਕਦੇ ਹਾਂ। ਦੈਟਸ ਟ੍ਰੂ। ਉਹ ਪਾਰਟ ਸੀ ਜਿਹੜਾ ਕਰੂਸ਼ੀਅਲ ਪਾਰਟ ਆਫ ਲਾਈਫ ਹੁੰਦਾ, ਜਿਹਦੇ 'ਚ ਤੁਸੀਂ ਅਪਬ੍ਰਿੰਗ ਹੋਣਾ ਹੁੰਦਾ। ਬੇਸ਼ੱਕ ਮੈਂ ਵਿੱਚੋਂ ਆਪਣੀ ਸਕੂਲਿੰਗ ਲਈ ਮੈਨੂੰ ਚੰਡੀਗੜ੍ਹ ਜਾਣਾ ਪਿਆ, ਮੇਰੇ ਫੈਮਿਲੀ ਨੇ ਭੇਜਤਾ ਚਲੋ ਉੱਥੇ, ਜਿੱਦਾਂ ਉਹਨਾਂ ਦਾ ਡਿਸੀਜਨ ਸੀਗਾ। ਚੰਡੀਗੜ੍ਹ ਕਿੱਥੇ ਪੜ੍ਹੇ? ਦਿੱਲੀ ਪਬਲਿਕ ਸਕੂਲ, ਡੀ ਪੀ ਐਸ। ਹਾਂਜੀ, ਉਹ ਉੱਥੋਂ ਹੀ ਐਕਚੁਲੀ ਮੇਰਾ ਨਾਮ ਉੱਥੇ
ਬੜੇ ਹੀ ਪਿਆਰ ਸੀ ਮੇਰੀ ਇੱਕ ਫਰੈਂਡ ਸੀਗੀ ਆਈ ਵੋਂਟ ਨੇਮ ਹਰ ਤੇ ਉਹਨੇ ਹਨਾ ਸ਼ੀ ਜੋਕਿੰਗਲੀ ਸੈਡ ਕਿ ਡੀਪੀਐਸ ਇਨ ਡੀਪੀਐਸ ਤਾਂ ਪਹਿਲਾ ਸਾਲ ਮੈਨੂੰ ਲੱਗਦਾ ਉੱਥੇ ਮੈਨੂੰ ਸਾਰੇ ਡੀਪੀਐਸ ਹੀ ਬੁਲਾਉਂਦੇ ਰਹੇ ਆ ਫਿਰ ਮੈਨੂੰ ਬੜੀ ਵੀਅਰਡ ਜਿਹਾ ਲੱਗਦਾ ਸੀ ਮੈਂ ਕਿਹਾ ਡੀਪੀਐਸ ਬੁਲਾਈ ਜਾਂਦੇ ਸਾਰੇ ਮੈਨੂੰ ਅਜੀਬ ਜਿਹਾ ਲੱਗਦਾ ਫਿਰ ਮੈਂ ਡੀਪੀ ਕਰ ਲਿਆ ਉਹਦਾ ਉੱਥੇ ਤੁਸੀਂ ਪੜ੍ਹੇ ਚੰਡੀਗੜ੍ਹ ਹਾਂਜੀ 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 ਫੋਰਥ ਤੋਂ ਬਾਅਦ ਉੱਥੇ ਸੀਗਾ ਜੀ ਫੋਰਥ ਤੋਂ ਬਾਅਦ ਉੱਥੇ ਚਲੇ ਗਏ ਸੀ ਹਾਂਜੀ ਉੱਥੇ ਸਾਡਾ ਫੈਮਿਲੀ ਬਿਜ਼ਨਸ ਐਕਸਪੈਂਸ਼ਨ ਸੀਗੀ ਉੱਥੇ ਤੇ ਅਸੀਂ ਉੱਥੇ ਘਰ ਲਿਆ ਸੀ ਤਾਂ ਫਿਰ ਮੇਰੇ ਤਾਇਆ ਜੀ ਹੁਣੇ ਅਸੀਂ ਜੁਆਇੰਟ ਫੈਮਿਲੀ ਆ ਸਾਰੇ ਇੱਕੋ ਹੀ ਘਰ ਆ ਸਾਰਾ ਹਨਾ ਤੇ ਅਸੀਂ ਹਾਫ ਆ ਫੈਮਿਲੀ ਸਪਲਿਟ ਹੋ ਗਏ ਜਿੱਦਾਂ ਇੱਦਾਂ ਸਪਲਿਟ ਇਨ ਦਾ ਸੈਂਸ ਕਿੱਦਾਂ ਫਾਈਨੈਂਸ਼ੀਅਲੀ ਨਹੀਂ ਕਿ ਬਿਜ਼ਨਸ ਲਈ ਹਾਂਜੀ ਰਹਿਣਾ ਜਿਹੜਾ ਬਿਜ਼ਨਸ ਲਈ ਤਾਂ ਫਿਰ ਅਸੀਂ ਪਰ ਮੈਂ ਤਾਇਆ ਜੀ ਹੁਣਾਂ ਕੋਲ ਹੀ ਰਿਹਾ ਉੱਥੇ ਤੇ ਨਾਲ ਹੀ ਅਸੀਂ ਇਕੱਠੇ ਰਹੇ ਹਾਂ ਤਾਂ ਇੱਕੋ ਗੱਲ ਹੀ ਆ ਸਾਡੀ ਦੈਟਸ ਗੁੱਡ ਔਰ ਤੁਸੀਂ ਦੱਸਿਆ ਕਿ ਸਕੂਲ ਤੋਂ ਬਾਅਦ ਤਾਂ ਤੁਸੀਂ ਇੱਧਰ ਆ ਗਏ ਫਿਰ ਇਹ ਗਾਉਣਾ ਕਿੱਦਾਂ ਬਸ ਗਾਉਣਾ ਤਾਂ ਮੈਨੂੰ ਮੈਂ ਉਹੀ ਅੱਗੇ ਗੱਲ ਕਰਦਾ ਸੀਗਾ ਜੀ ਮੈਨੂੰ ਗਾਉਣਾ ਤਾਂ ਹਮੇਸ਼ਾ ਤੋਂ ਹੀ ਰਿਹਾ ਜੀ ਭਾਵੇਂ ਉਹ ਬਾਥਰੂਮ ਸਿੰਗਿੰਗ ਤੋਂ ਲੈ ਕੇ ਭਾਵੇਂ ਉਹ ਹਨਾ ਕਾਨਸਰਟ ਸਿੰਗਿੰਗ ਦਾ ਜਿਹੜਾ ਵਿਚਾਰ ਹੋਵੇ ਉਹ ਹੋਵੇ ਮੈਨੂੰ ਲੱਗਦਾ ਮੈਂ ਪਿੱਛੇ ਜਾ ਕੇ ਆਪਣੀ ਸੋਚ ਜੇ ਦੇਖਾਂ ਵੀ ਤਾਂ ਮੈਨੂੰ ਮੈਂ ਆਈ ਕੈਨ ਨੋਟ ਇਮੈਜਿਨ ਮਾਈ ਸੈਲਫ ਨੋਟ ਬੀਇੰਗ ਔਨ ਸਟੇਜ ਆਈ ਹੈਵ ਆਲਵੇਜ਼ ਡ੍ਰੀਮਟ ਆਫ ਦੈਟ ਤੇ ਇਹ ਹਮੇਸ਼ਾ ਇੱਕ ਰਹੀ ਹੈ ਤੇ ਉਸੇ ਕਰਕੇ ਹਮੇਸ਼ਾ ਸਕੂਲ ਵਿੱਚ ਵੀ ਬੀ ਐਟ ਐਨੀ ਸਕੂਲ ਕਾਨਵੈਂਟ ਸਕੂਲ ਵੀ ਸੀਗਾ ਡੀ ਪੀ ਐਸ ਡੀ ਏ ਵੀ ਜਿੱਥੇ ਵੀ ਮੈਂ ਰਿਹਾ ਹਨਾ ਮੈਂ ਆਈ ਵਾਜ਼ ਆਲਵੇਜ਼ ਐਕਟਿਵ ਫੋਰ ਦੀ ਕੋ ਕਰਿਕੁਲਰਸ ਆਈ ਵਾਜ਼ ਆਲਵੇਜ਼ ਬੀਨ ਔਨ ਸਟੇਜ ਬੀ ਐਟ ਡੈਕਲਾਮੇਸ਼ਨ ਬੀ ਐਟ ਡਿਬੇਟਸ ਔਰ ਆਪਣੇ ਪਲੇਜ਼ ਹੋਣ ਹਨਾ ਡਰਾਮਾ ਹੋਵੇ ਸਿੰਗਿੰਗ ਹੋਵੇ ਕੋਇਰ ਸੌਂਗਸ ਔਰ ਗਰੁੱਪ ਸੌਂਗਸ ਐਨੀਥਿੰਗ ਆਈ ਜਸਟ ਲਵ ਸੋ ਯੂ ਵਾਂਟਡ ਯੂ ਵਰ ਐਨ ਐਕਟਿਵ ਪਾਰਟਿਸਪੈਂਟ ਸਾਰਿਆਂ ਦੇ ਵਿੱਚ ਆਲਵੇਜ਼ ਬੀਨ ਆਲਵੇਜ਼ ਬੀਨ ਹਾਊਸ ਵੀ ਸੀਗੇ ਹਾਊਸਿਸ ਵੀ ਸੀਗੇ ਪਰ ਮੈਂ ਉਹ 'ਚ ਨਹੀਂ ਸੀਗਾ ਜ਼ਿਆਦਾ ਮੈਂ ਪੋਲੀਟਿਕਸ ਦੇ ਵਿੱਚ ਘੱਟ ਰਹਿਣਾ ਚਾਹੁੰਦਾ ਆਪਾਂ ਫਨ ਵਾਲੇ ਪਾਸੇ ਜ਼ਿਆਦਾ ਆਪਾਂ ਮਜ਼ੇ ਲੈਣੇ ਚਾਹੀਦੇ ਜ਼ਿੰਦਗੀ ਦੇ ਆਪਾਂ ABCD ਰੈੱਡ ਗ੍ਰੀਨ ਯੈਲੋ ਬਲੂ ਹੁੰਦੇ ਸੀਗੇ ਸਾਡਾ ਬਲੂ ਹਾਊਸ ਹੁੰਦਾ ਸੀ ਆਈ ਗੈਸ ਫੋਰ ਸਮ ਰੀਜ਼ਨ ਬਲੂ ਵਧੀਆ ਲੱਗਦਾ ਹੁੰਦਾ ਸੀ ਯੈਲੋ ਵਾਲਿਆਂ ਨਾਲ ਸਾਡੀ ਲੱਗਦੀ ਸੀ ਜੀ ਬਹੁਤ ਪਰ ਨਹੀਂ ਚਲੋ ਹਾਂ ਨਹੀਂ ਉਹ ਵੀ ਟਾਈਮ ਚੰਗਾ ਸੀ ਨਾ ਬਿਲਕੁਲ ਬੇਫਿਕਰ ਹੁੰਦੇ ਹੋ ਤੁਸੀਂ ਪੜ੍ਹਾਈ ਦੀ ਹੀ ਚਿੰਤਾ ਹੁੰਦੀ ਹੈ ਘਰ ਕਿਸੇ ਤਰ੍ਹਾਂ ਦੀ ਕੋਈ ਰੋਟੀ ਪਾਣੀ ਦੀ ਟੈਨਸ਼ਨ ਨਹੀਂ 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 ਉਹ ਇੱਕ ਕੱਪੜਿਆਂ ਦੀ ਤਾਂ ਹੀ ਉਹ ਸਾਨੂੰ ਹਸੀਨ ਲੱਗਦੀ ਹੈ ਨਾ ਜੀ ਜ਼ਿੰਦਗੀ ਹੁਣ ਜ਼ਿੰਮੇਵਾਰੀਆਂ ਨੇ ਸਾਰੀਆਂ ਥੋੜ੍ਹੀਆਂ ਥੋੜ੍ਹੀਆਂ ਚਲੋ ਜਿੰਨੀਆਂ ਵੀ ਜਿੰਨੇ ਹਿੱਸੇ ਆਈਆਂ ਤੇ ਪਰ ਸਾਡੇ ਉੱਦਾਂ ਪਰ ਸਾਡੇ ਡੀ ਪੀ ਐਸ ਜਿਹੜੇ ਹਾਊਸਿਸ ਸੀਗੇ ਆਈ ਗੈਸ ਮੈਨੂੰ ਰਿਵਰਸ ਦੇ ਨੇਮ 'ਤੇ ਸੀਗੇ ਸਾਡੇ ਉਹ ਬੜੀ ਯੂਨੀਕ ਚੀਜ਼ ਲੱਗਦੀ ਹੁੰਦੀ ਸੀ ਮੈਨੂੰ ਹਾਂਜੀ ਜਿੱਦਾਂ ਸਾਡਾ ਹਾਊਸ ਗੇਂਜਸ ਹਾਊਸ ਸੀਗਾ ਤਾਂ ਇੱਦਾਂ ਰਿਵਰਸ ਦੇ ਨੇਮ 'ਤੇ ਸੀਗੇ ਹਾਊਸਿਸ ਸਾਡੇ ਹਾਂਜੀ ਹਾਂਜੀ ਸੋ ਸਕੂਲ ਦੇ ਵਿੱਚ ਓਬਵੀਅਸਲੀ ਯੂ ਆਰ ਐਕਟਿਵ ਇਨ ਆਲ ਦੀਸ ਐਕਟੀਵਿਟੀਜ਼ ਤੇ ਫਿਰ 12th ਤੋਂ ਬਾਅਦ ਫਿਰ ਓਬਵੀਅਸ 12th ਤੱਕ ਸਕੂਲ ਵਿੱਚ ਹੀ ਰਹੇ 12th ਤੱਕ ਹਾਂਜੀ ਸਕੂਲ ਉਹ ਸਾਰਾ ਕੁਝ ਕੀਤਾ ਤੇ ਫਿਰ ਉਸ ਤੋਂ ਬਾਅਦ ਤੁਸੀਂ ਕੈਨੇਡਾ ਆ ਗਏ ਫਿਰ ਇੱਧਰ ਆ ਗਏ ਜੀ ਮੇਰਾ ਆਨ ਦਾ ਹੈ ਨਹੀਂ ਸੀ ਪਲਾਨ ਬਿਲਕੁਲ ਵੀ ਨਹੀਂ ਸੀਗਾ ਮੇਰੇ ਡੈਡ ਦਾ ਇਮੀਗ੍ਰੇਸ਼ਨ ਬਿਜ਼ਨਸ ਨਾਲ ਫੋਰੈਕਸ ਦਾ ਸੀਗਾ ਇੰਡੀਆ ਤਾਂ ਘਰ 'ਚ ਆਲਵੇਜ਼ ਇੱਕ ਮਾਹੌਲ ਸੀਗਾ ਕਿ ਬੱਚੇ ਬਾਹਰ ਆ ਰਹੇ ਆ ਜਾ ਰਹੇ ਆ ਇੱਕ ਉਹ ਆਪਸ਼ਨ ਤਾਂ ਇੱਕ ਆਲਵੇਜ਼ ਹੀ ਸੀਗੀ ਦਿਮਾਗ ਦੇ ਵਿੱਚ ਕਿ ਹੈਗੀ ਆ ਚਲੋ ਹਨਾ ਜਾ ਸਕਦੇ ਹਾਂ ਤੇ ਮੈਂ ਐਕਚੁਅਲੀ ਮੈਡੀਕਲ 'ਚ ਸੀਗਾ ਐਡਮਿਸ਼ਨ ਮੇਰੀ ਹੋ ਗਈ ਸੀਗੀ ਡਾਕਟਰ ਆਪਣਾ ਪੀ ਐਮ ਟੀ ਦੇ ਵਿੱਚ ਟੈਸਟ ਨਹੀਂ ਦਿੱਤਾ ਸੀਗਾ ਪਰ ਐਡਮਿਸ਼ਨ ਹੋ ਗਈ ਸੀ ਚਲੋ ਲੈਟਸ ਕੀਪ ਇਟ ਅ ਸੀਕ੍ਰੇਟ ਹੈ ਨਾ ਤੇ ਨਹੀਂ ਪਰ ਚਲੋ ਐਡਮਿਸ਼ਨ ਦੀ ਪਰ ਉਦਾਂ ਪਰ ਐਜ਼ ਆਈ ਸੈਡ ਇਟ ਵਾਸ ਨਾਟ ਮੈਂਟ ਟੂ ਬੀ ਸੋ ਮੈਂ ਟਾਕ ਟੂ ਮਾਈ ਡੈਡ ਕਿ ਆਈ ਡੋਨਟ ਵਾਂਟ ਟੂ ਡੂ ਇਟ ਹਨਾ ਐਂਡ ਦੇ ਨੈਵਰ ਫੋਰਸਡ ਮੀ ਟੂ ਡੂ ਐਨੀਥਿੰਗ ਇਨ ਮਾਈ ਲਾਈਫ ਐਵਰ ਸੋ ਆਈ ਆਮ ਥੈਂਕਫੁਲ ਫੋਰ ਦੈਟ ਦੈਟਸ ਯਾ ਯੂ ਸ਼ੁਡ ਬੀ ਹਾਂਜੀ ਹਾਂਜੀ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਬੱਚਿਆਂ ਨੂੰ ਜੋ ਕਰਨਾ ਚਾਹੁਣ ਉਹ ਕਰ ਦਿੱਤਾ ਜਾਵੇ ਜੀ ਜੀ ਬਿਲਕੁਲ ਐਂਡ ਉਸੇ ਕਰਕੇ ਤੁਸੀਂ ਹੁਣ ਬਿਜ਼ਨਸ ਵੀ ਸੰਭਾਲ ਰਹੇ ਹੋ ਔਰ ਆਪਣਾ ਪੈਸ਼ਨ ਵੀ ਦੇਖ ਰਹੇ ਹੋ ਇਹ ਬੇਸਿਕਲੀ ਉਹਨਾਂ ਦਾ ਜੇ ਹੁੰਗਾਰਾ ਨਾ ਹੁੰਦਾ ਫਿਰ ਥੋੜਾ ਮੁਸ਼ਕਲ ਹੋ ਜਾਂਦਾ ਮੇਰੇ ਹਿਸਾਬ ਨਾਲ ਉਹਨਾਂ ਦੀ ਪੇਰੈਂਟਸ ਦੀ ਨਾ ਇੱਕੋ ਵਰੀ ਹੁੰਦੀ ਕਿ ਕੋਈ ਵੀ ਉਹਨਾਂ ਦਾ ਬੱਚਾ ਹਨਾ ਆਪਣੀ ਇੱਕ ਲਾਈਫ ਬਣਾ ਲਵੇ ਭਾਵੇਂ ਕਿਸੇ ਫੀਲਡ 'ਚ ਬਣਾ ਲਵੇ ਪਰ ਉਹਨਾਂ ਨੂੰ ਹੋਰ ਆਪਸ਼ਨ ਪਤਾ ਨਹੀਂ ਹੁੰਦਾ ਕਿ ਉਹਦੇ 'ਚ ਹੈ ਕੀ ਹੋਰ ਕੀ ਕਰ ਸਕਦਾ ਤਾਂ ਉਹ ਹਮੇਸ਼ਾ ਪੜ੍ਹਾਈ ਕਰਦੇ ਰਹਿੰਦੇ ਆ ਆਪਣੇ ਹਨਾ ਪੇਰੈਂਟਸ ਮੇਰੇ ਹਿਸਾਬ ਨਾਲ ਇੱਦਾਂ ਪਰ ਜੇ ਉਹਨਾਂ ਨੂੰ ਪਤਾ ਲੱਗ ਜੇ ਕਿ ਇਹਦੇ 'ਚ ਜੈਨ ਲੈਟ ਹਿਮ ਬੀ ਹਿਮਸੈਲਫ ਔਰ ਹਰਸੈਲਫ ਹਨਾ ਤਾਂ ਫਿਰ ਉਹ ਕੁਛ ਵਾਰੀ ਕਈ ਵਾਰ ਚੀਜ਼ਾਂ ਫਿਰ ਕਿਤੇ ਨਾ ਕਿਤੇ ਪਹੁੰਚ ਜਾਂਦੀਆਂ ਨਾ ਆਪਾਂ ਬਹੁਤ ਐਗਜ਼ਾਮਪਲ ਦੇਖੇ ਆ ਪਹਿਲਾਂ ਵੀ ਆਪਣੇ ਹੋਈਆਂ ਹਨਾ ਠੀਕ ਸੋ ਦੈਟਸ ਗੁੱਡ ਸੋ ਫਿਰ ਇੱਥੇ ਆ ਕੇ ਗਾਉਣਾ ਕੰਟੀਨਿਊ ਰੱਖਿਆ ਜਾਂ ਡਿਡ ਯੂ ਲਰਨ ਮੋਰ ਕੀ ਕੀਤਾ ਲਰਨ ਤਾਂ ਐਸ ਸੱਚ ਜਦੋਂ ਸਕੂਲ 'ਚ ਜਿੰਨਾ ਹੋ ਗਿਆ ਹੈ ਨਾ ਉਸ ਤੋਂ ਬਾਅਦ ਤਾਂ ਐਕਚੁਅਲ ਮੇਰਾ ਕਨੈਕਸ਼ਨ ਟੁੱਟਿਆ ਹੀ ਹੈ ਪਹਿਲੇ 2 ਸਾਲ ਜਦੋਂ ਮੈਂ ਬ੍ਰੈਂਪਟਨ ਰਿਹਾ ਉੱਥੇ ਹੈ ਨਾ ਟੋਰਾਂਟੋ ਅਤੇ ਉਹ ਠੀਕ ਸੀ ਉਹ ਵਧੀਆ ਐਕਟਿਵ ਸੀਗੇ ਲਾਈਫ ਇੱਥੇ ਆ ਕੇ ਜਦੋਂ ਥੋੜ੍ਹਾ ਜਿਹਾ ਬਿਜ਼ੀ ਹੋ ਗਏ ਕੰਮ ਦੇ ਵਿੱਚ
ਤੇ ਫਿਰ ਉਦੋਂ ਕਨੈਕਸ਼ਨ ਐਕਚੁਅਲ 'ਚ ਟੁੱਟ ਗਿਆ ਸੀ ਮੇਰਾ ਫੋਰ ਪਰਫੋਰਮੈਂਸ ਐਕਟ ਤੇ ਇੰਨੇ ਸਾਲ ਹੋ ਗਏ ਕਦੇ ਪਰਫੋਰਮੈਂਸ ਨਹੀਂ ਕੀਤੀ ਸੀ ਕਦੇ ਕੁਛ ਹਨਾ ਤੇ ਫੋਟੋਗ੍ਰਾਫੀ ਦਾ ਬਹੁਤ ਸ਼ੌਂਕ ਸੀਗਾ ਸੈਲਫ ਫੋਟੋਗ੍ਰਾਫੀ ਆਪਣੇ ਫੋਟੋ ਪੋਰਟਫੋਲੀਓਜ਼ ਬਣਾਉਣੇ ਇੱਦਾਂ ਫੋਟੋ ਸ਼ੂਟਸ ਕਰਨੇ ਬਹੁਤ ਸ਼ੌਂਕ ਸੀਗਾ ਉਹ ਕਰਦੇ ਰਹੇ ਕਿੰਨੀ ਦੇਰ ਫਿਰ ਇੱਕ ਟਾਈਮ 'ਤੇ ਆ ਕੇ ਉੱਧਰ ਵੀ ਹੋ ਗਿਆ ਘੱਟ ਗਿਆ ਫਿਰ ਵੀਡੀਓਗ੍ਰਾਫੀ ਨਾਲ ਨਾਲ ਚੱਲਦੀ ਰਹੀ ਸ਼ੁਰੂ ਕੁਛ ਵੀਡੀਓਜ਼ ਬਣਾਉਂਦੇ ਰਹੇ ਮੈਂ ਆਪਣੀਆਂ ਕਵਿਤਾਵਾਂ ਲਿਖ ਕੇ ਪੋਸਟ ਕਰ ਦੇਣੀਆਂ ਨਾਲ ਪਿੱਛੇ ਵੀਡੀਓ ਬਣਾ ਲੈਣੀ ਆਪਣੇ ਆਪ ਹੀ ਲੱਗੇ ਰਹਿਣਾ ਇੱਕ ਪ੍ਰੋਜੈਕਟ 'ਚ ਸ਼ੁਰੂ ਕਰ ਲੈਣਾ ਪਰ ਉਹ ਵੀ ਕਿਸੇ ਹੱਦ ਤੱਕ ਚੱਲਿਆ ਜਿੰਨੀ ਦੇਰ ਤੱਕ ਫਿਰ ਉਹ ਕੰਮ ਦਾ ਲੋਡ ਸ਼ੁਰੂ ਹੋਇਆ ਜਦੋਂ ਆਪਣਾ ਹਨਾ ਤੇ ਫਿਰ ਉਦੋਂ ਸਭ ਚੀਜ਼ਾਂ ਪਿੱਛੇ ਰਹਿ ਗਈਆਂ ਉਦੋਂ ਪਰ ਉਦੋਂ ਲਿਖਣਾ ਸ਼ੁਰੂ ਕਰਤਾ ਸੀ ਫਿਰ ਮੈਂ ਪ੍ਰੋਪਰਲੀ ਗਾਣੇ ਜਿੰਨੋਂ ਤੱਕ ਕਿ ਮਤਲਬ ਆਪਣਾ ਫਿਰ ਮੈਨੂੰ ਹੋ ਗਿਆ ਸੀ ਕਿ ਮੈਂ ਹਾਂ ਮੈਂ ਕੁਛ ਕਿਤੇ ਨਾ ਕਿਤੇ ਚੈਨਲਾਈਜ਼ ਹੋ ਗਈ ਸੀ ਉਹ ਮੇਰਾ ਜਿਹੜਾ ਆਰਟ ਫਾਰਮ ਸੀਗਾ ਪਹਿਲਾਂ ਫੋਟੋਗ੍ਰਾਫੀ ਵੀਡੀਓਗ੍ਰਾਫੀ ਤੋਂ ਹਟ ਕੇ ਫਿਰ ਉਸ ਤੋਂ ਬਾਅਦ ਫਿਰ ਮੈਂ ਲਿਖਣ ਵਾਲੇ ਪਾਸੇ ਹੋ ਗਿਆ ਸੀ ਫਿਰ ਮੈਂ ਬਹੁਤ ਲਿਖ ਰਿਹਾ ਸੀ ਉਦੋਂ ਮੈਂ ਉਹ ਅੱਛਾ ਤੁਸੀਂ ਹੁਣ ਜਿਹੜੇ ਗਾਣੇ ਗਾਉਂਦੇ ਹੋ ਆਪਣੇ ਲਿਖੇ ਹੀ ਗਾਉਂਦੇ ਹੋ ਹਾਂਜੀ 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 ਹਾਲੇ ਤਾਂ ਇੱਕ ਹੀ ਆਇਆ ਜੀ ਉਹ ਆਪਣਾ ਹੀ ਲਿਖਿਆ ਅੱਗੋਂ ਵੀ ਆ ਜਿਹੜੇ ਸਾਰੇ ਆਪਣੇ ਹੀ ਲਿਖੇ ਹੋਏ ਆ ਪਰ ਇੱਦਾਂ ਨਹੀਂ ਕਿ ਮੈਂ ਆਪਣੇ ਹੀ ਗਾਣੇ ਚਾਹੁੰਦਾ ਮੈਂ ਆਮ ਵਾਈਡ ਇਨਫ ਵਿਦ ਵਿਦ ਸੋਚ ਹਨਾ ਆਪਣੀ ਜਿੱਥੇ ਜਿੱਥੇ ਵੀ ਆਪਾਂ ਨੂੰ ਲੱਗੂਗਾ ਕਿ ਵਧੀਆ ਕੋਈ ਲਿਰਿਕਸ ਬਹੁਤ ਸੋਹਣੇ ਹੈਗੇ ਆ ਤੇ ਐਕਚੁਅਲ 'ਚ ਮੈਂ ਇੱਕ ਲਿਰਿਸਿਸਟ ਨੂੰ ਆਪਣੇ ਕੰਟੈਕਟ ਵੀ ਕੀਤਾ ਸੀਗਾ ਤੇ ਉਹਨਾਂ ਤੋਂ ਮੈਂ ਦੋ ਗੀਤ ਲਏ ਵੀ ਹੋਏ ਆ ਤੇ ਉਹ ਵੀ ਆਉਣਗੇ ਤੇ ਮੈਨੂੰ ਉਹਨਾਂ ਦੇ ਬਹੁਤ ਖੂਬ ਲੱਗਦੇ ਉਹਨਾਂ ਦੀ ਜਿਹੜੀ ਲਿਖਤ ਹੈ ਕਲਮ ਉਹਨਾਂ ਦੀ ਬਹੁਤ ਇੱਜ਼ਤ ਹੈ ਪਰ ਮੈਂ ਹਾਲੇ ਨਾਮ ਨਹੀਂ ਲੈਣਾ ਚਾਹੁੰਦਾ ਉਹ ਟਾਈਮ ਆਊਗਾ ਤੇ ਆਪਾਂ ਦੱਸਾਂਗੇ ਤੇ ਉਹ ਦੋ ਗਾਣੇ ਲਿਖੇ ਹੋਏ ਮੈਂ ਤਾਂ ਨਹੀਂ ਕਿਤੇ ਨਹੀਂ ਹਾਲੇ ਨਹੀਂ ਉਹ ਮੈਂ ਤੁਹਾਨੂੰ ਦੱਸ ਦੇਣਾ ਸੀ ਫਿਰ ਚਲੋ ਐਨੀਵੇਜ਼ ਸੋ ਡੀਪੀ ਅੱਗੇ ਵਧੀਏ ਹੁਣ ਜੀ ਤੇ ਵਧਣ ਤੋਂ ਪਹਿਲਾਂ ਗਾਣਾ ਸੁਣਨਾ ਬਣਦਾ ਅਸੀਂ ਟੈਸਟ ਵੀ ਲੈਣੇ ਹੁੰਦੇ ਪਤਾ ਲੱਗੇ ਵੀ ਕਿੰਨਾ ਕੁ ਵਧੀਆ ਸਿੰਗਰ ਹੈ ਸੋ ਪਲੀਜ਼ ਜ਼ਰੂਰ ਤੁਸੀਂ ਸਾਡੇ ਨਾਲ ਕੁਛ ਸ਼ੇਅਰ ਕਰੋ ਔਰ ਗੀਤ ਆਪਣਾ ਲਿਖਿਆ ਸੁਣਾਓਗੇ ਜਾਂ ਕਿਸੇ ਹੋਰ ਦਾ ਜੋ ਜਾਣੇ ਹੱਥੀ ਕੰਮ ਕਰਨਾ ਉਹ ਬੰਦਾ ਕੰਮ ਚੋਰ ਨਹੀਂ ਹੁੰਦਾ ਲਾਈਫ ਸਟਾਈਲ ਦੇਖ ਮੱਚਦੇ ਉਹ ਮਿਹਨਤਾਂ ਤੇ ਗੌਰ ਨਹੀਂ ਹੁੰਦਾ ਵਨ ਵਨ ਮੇੜ ਬੱਲੀਏ ਨਾ ਇੱਥੇ ਕੋਈ ਮੇਰੇ ਨਾਲ ਦਾ ਡੀਪੀ ਸਿੰਘ ਸ਼ੌਂਕੀ ਰੱਜ ਕੇ ਮਹਿੰਗੇ ਮਹਿੰਗੇ ਸ਼ੌਂਕ ਪਾਲਦਾ ਟੇਪਾਂ ਉੱਤੇ ਭਾਰਾ ਪੈਂਦਾ ਆ ਨੀ ਸਿੰਗਲ ਟਰੈਕ ਵਰਗਾ ਨੀ ਸਾਂਭ ਸਾਂਭ ਰੱਖ ਗੋਰੀਏ ਗੱਭਰੂ ਮੇ ਬੈਕ ਵਰਗਾ ਨੀ ਸਾਂਭ ਸਾਂਭ ਰੱਖ ਗੋਰੀਏ ਗੱਭਰੂ ਮੇ ਬੈਕ ਵਰਗਾ ਯੂ ਐਕਚੁਅਲੀ ਵਾਂਟ ਦੈਟ ਆਡੀਅੰਸ ਫੀਲ ਜਿਹੜੀ ਹੁੰਦੀ ਹੈ ਨਾ ਸਟੇਜ ਤੇ ਬੋਲੋ ਵਰਗਾ ਮਾਈਕ ਮੇਰੇ ਮੂੰਹ ਤੇ ਕਰਨਾ ਜੀ ਐਕਚੁਅਲੀ ਆਪਣੇ ਗਾਣੇ ਦਾ ਹੀ ਪਾਰਟ ਹੈ ਤਾਂ ਵਰਗਾ ਉਹਦੇ ਚ ਵੀ ਇਦਾਂ ਹੀ ਹੈ ਦੈਟਸ ਸੋ ਨਾਈਸ ਅੱਜ ਛੱਡਿਆ ਹੋਇਆ ਓ ਆਈ ਨੈਵਰ ਨੂ ਇਟ ਵਾਸ ਫॉर ਮੀ ਜਸਟ ਰੀਲੀ ਨਾਈਸ ਔਰ ਆਵਾਜ਼ ਬਹੁਤ ਦਮਦਾਰ ਹੈ ਤੁਹਾਡੀ ਡੀਪੀ ਔਰ ਰਿਕਾਰਡਿਓ ਸਟੂਡੀਓ ਲਈ ਆਪਾਂ ਸਾਂਭ ਕੇ ਰੱਖੀ ਥੋੜੀ ਜੀ ਬਾਕੀ ਜੋਰ ਔਰ ਮੈਂ ਦੱਸਦਾ ਸਰੋਤਿਆਂ ਨੂੰ ਕਿ ਜਦੋਂ ਡੀਪੀ ਸਟੂਡੀਓ ਦੇ ਵਿੱਚ ਆਏ ਤੇ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਗਾਉਣਾ ਹੈਗਾ ਤਾਂ ਹੀ ਸੈਡ ਮੇਰਾ ਗਲਾ ਅੱਜ ਠੀਕ ਨਹੀਂ ਹੈ ਸੋ ਮੈਂ ਸਮਝ ਗਈ ਸੀ ਕਿ ਹੀ ਇਜ਼ ਅ ਪ੍ਰੋਫੈਸ਼ਨਲ ਪਹਿਲਾਂ ਹਮੇਸ਼ਾ ਕਹਿਣਾ ਗਲਾ ਖਰਾਬ ਹੈ ਔਰ ਦਮਦਾਰ ਆਵਾਜ਼ ਐਸੀ ਕੱਢਣੀ ਫਿਰ ਹੈਰਾਨ ਕਰ ਦੇਣਾ ਕਿ ਵਾਓ ਦੈਟਸ ਆਸਮ ਸੋ ਤੁਹਾਡੀ ਆਵਾਜ਼ ਕਾਫੀ ਦਮਦਾਰ ਹੈ ਡੀਪੀ ਔਰ ਇਹ ਗਾਣਾ ਵੀ ਤੁਸੀਂ ਆਪ ਹੀ ਲਿਖਿਆ ਹਾਂਜੀ ਹਾਂਜੀ ਇਹ ਮੈਨੂੰ ਲੱਗਦਾ ਮੈਂ 2 ਸਾਲ ਪਹਿਲਾਂ ਲਿਖਿਆ ਸੀ ਪਰ ਇਹਨੂੰ ਬਣਦੇ ਟਾਈਮ ਲੱਗ ਗਿਆ ਸੀ ਅਕਸਰ ਸੁਣਦੇ ਹੁੰਦੇ ਸੀ ਇੰਟਰਵਿਊਜ਼ ਦੇ ਵਿੱਚ ਜੀ ਇਹ ਗਾਣਾ ਸਾਨੂੰ 2-3 ਸਾਲ ਪਹਿਲਾਂ ਸੀ ਇੱਦਾਂ ਹੁਣ ਹੋਇਆ ਜਾ ਕੇ ਪਰ ਸਾਡੇ ਨਾਲ ਜਦੋਂ ਐਕਚੁਅਲ 'ਚ ਹੋਇਆ ਕਿ ਅਸੀਂ ਬਣਾਉਂਦੇ ਸਾਨੂੰ ਇੱਕ ਫਾਈਨਲ ਪ੍ਰੋਡਕਟ ਤਾਂ ਕਿੰਨਾ ਟਾਈਮ ਲੱਗ ਗਿਆ ਅਸੀਂ ਖੁਦ ਰੀਅਲਾਈਜ਼ ਕੀਤਾ ਕਿ ਵਾਕਈ ਯਾਰ ਟਾਈਮ ਲੱਗ ਜਾਂਦਾ ਕਈ ਵਾਰ ਚੀਜ਼ਾਂ ਸੋ ਤੁਸੀਂ ਲਾਈਕ ਖੁਦ ਸਿੰਗਰ ਹੋ ਪਰ ਕਿਹੜੇ ਸਿੰਗਰ ਨੂੰ ਪਸੰਦ ਕਰਦੇ ਹੋ ਅਮਰਿੰਦਰ ਗਿੱਲ ਅਮਰਿੰਦਰ ਗਿੱਲ ਵੈਰੀ ਸੌਫਟ ਵੌਇਸ ਨਾ ਮੈਂ ਵੀ ਉਹਨਾਂ ਨੂੰ ਬਹੁਤ ਪਸੰਦ ਕਰਦੀ ਸਕੂਲ ਵਿੱਚ ਜਿੰਨਾ ਗਾਇਆ ਮੈਨੂੰ ਲੱਗਦਾ ਮੈਂ ਮੋਸਟਲੀ ਅਮਰਿੰਦਰ ਗਿੱਲ ਭਾਜੀ ਨੂੰ ਹੀ ਗਾਇਆ ਉਹਨਾਂ ਦਾ ਕੋਈ ਗੀਤ ਆਉਂਦਾ ਹੈ ਦਿਮਾਗ ਦੇ ਵਿੱਚ ਸਾਰੇ ਆਉਂਦੇ ਆ ਜੀ ਉਹਨਾਂ ਦੇ ਕੋਈ ਵੀ ਗਾਣੇ ਤੋਂ ਉਹਨਾਂ ਦੇ ਹਾਂ ਨਹੀਂ ਅਮਰਿੰਦਰ ਗਿੱਲ ਦਾ ਕੋਈ ਗੀਤ ਸੁਣਾ ਦਿਓ ਫਿਰ ਅੱਜ ਤੁਹਾਡੀ ਆਵਾਜ਼ ਦੇ ਨਾਲ ਅਸੀਂ ਸੁਣਨਾ ਚਾਹੁੰਦੇ ਆ ਐਨੀਥਿੰਗ ਯੂ ਹੈਵ ਇਨ ਮਾਈਂਡ ਜੀ 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 ਬਿਲਕੁਲ ਜੀ ਕੀ ਸਮਝਾਈਏ ਸਜਣਾ ਇਹਨਾਂ ਨੈਣ ਕਮਲਿਆਂ ਨੂੰ ਕਹਿੰਦੇ ਤੈਨੂੰ ਦੇਖੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ ਜੱਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ ਨੇ ਉਸ ਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨਹੀਂ ਹੁੰਦਾ ਅਮਰਿੰਦਰ ਗਿੱਲ ਹੋਰਾਂ ਦੀ ਆਵਾਜ਼ ਵੀ ਬੜੀ ਕਮਾਲ ਦੀ ਹੈ ਸੋ ਆਈ ਐਮ ਹੈਪੀ ਦੈਟ ਯੂ ਲਾਈਕ ਹਿਮ ਔਰ ਓਬਵੀਅਸਲੀ
ਆਈਡਲ ਕੋਈ ਨਾ ਕੋਈ ਹੁੰਦਾ ਲਾਈਫ ਦੇ ਵਿੱਚ ਸੋ ਤੁਸੀਂ ਦੱਸਿਆ ਤੁਹਾਡੇ ਪੇਰੈਂਟਸ ਵੀ ਤੁਹਾਨੂੰ ਸਪੋਰਟ ਕਰਦੇ ਨੇ ਸੋ ਕੋਈ ਵੀ ਜ਼ਿੰਦਗੀ ਵਿੱਚ ਹੈ ਅਜਿਹਾ ਇਨਸਾਨ ਜਿਹਦੇ ਜਿਹਨੇ ਤੁਹਾਨੂੰ ਪ੍ਰੇਰਿਆ ਹੋਵੇ ਇਹਦੇ ਵਾਸਤੇ ਜ਼ਿਆਦਾ ਜੀ ਮਿਊਜ਼ਿਕ ਲਈ ਤਾਂ ਮੈਨੂੰ ਲੱਗਦਾ ਕਿ ਮੈਂ ਕਿਸੇ ਨੂੰ ਸ਼ੇਅਰ ਵੀ ਨਹੀਂ ਕੀਤਾ ਸੀ ਇੰਨਾ ਇੱਕੋਦਮ ਮੇਰੇ ਲਈ ਮੇਰੇ ਫੈਲੋ ਫਰੈਂਡਸ ਸੀਗੇ ਜਿਹੜੇ ਉਹਨਾਂ ਲਈ ਵੀ ਇੱਕੋਦਮ ਸ਼ਾਇਦ ਸਰਪ੍ਰਾਈਜ਼ ਹੀ ਸੀਗਾ ਕਿ ਮੈਂ ਕਰਨਾ ਚਾਹੁੰਦਾ ਹੈਰਾਨ ਹੋਏ ਪਹਿਲਾਂ ਤਾਂ ਵੀ ਅੱਛਾ ਤੂੰ ਕਰਨਾ ਫਿਰ ਯੂ ਨੋ ਥਿੰਗਸ ਕੈਰੀ ਡਾਊਨ ਅਤੇ ਪਰ ਉਸ ਤੋਂ ਬਾਅਦ ਜਿੱਦਾਂ ਪਰ ਮੇਰੀ ਕਰੀਅਰ ਦੇ ਵਿੱਚ ਜਿਹੜਾ ਮੇਰਾ ਬਿਜ਼ਨਸ ਕਰੀਅਰ ਹੈ ਉਹਦੇ ਵਿੱਚ ਬਹੁਤ ਵੱਡਾ ਹੱਥ ਰਿਹਾ ਜੀ ਮੇਰੇ ਵੱਡੇ ਭਾਅ ਜੀ ਨਵਜੋਤ ਸਿੰਘ ਜੋਸਨ ਭਾਅ ਜੀ ਅਤੇ ਰਵਿੰਦਰ ਨਿੱਜਰ ਭਾਅ ਜੀ ਪਰਮਜੀਤ ਸਹਿਗਲ ਭਾਅ ਜੀ ਉਹਨਾਂ ਦਾ ਅਤੇ ਉਹਨਾਂ ਦਾ ਬਹੁਤ ਵੱਡਾ ਹੱਥ ਹੈਗਾ ਅਤੇ ਰਹੂਗਾ ਮੇਰੇ ਹਿਸਾਬ ਨਾਲ ਮੇਰੇ ਵੱਡੇ ਵੀਰ ਨੇ ਵੱਡੇ ਭਰਾ ਨੇ ਮੇਰੇ ਉਹ ਅਤੇ ਉਹ ਮੇਰੇ ਮੈਂਟੋਰ ਵੀ ਨੇ ਹਾਂਜੀ ਹਾਂਜੀ ਅਤੇ ਉਹਨਾਂ ਨਾਲ ਹੀ ਆਪਾਂ ਅਤੇ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਅਤੇ ਸਿੱਖਦੇ ਰਹਾਂਗੇ ਅਤੇ ਓਬਵੀਅਸਲੀ ਹੁਣ ਤੁਸੀਂ ਪਹਿਲਾ ਗਾਣਾ ਆਪਣਾ ਕੱਢਿਆ ਇਹ ਜਿਹੜਾ ਵੀਡੀਓ ਆਇਆ ਮੇਰਾ ਹਾਂਜੀ 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 ਡੈਬਿਊ ਅੱਛਾ ਸੋ ਇਹ ਡੈਬਿਊ ਤੁਹਾਡਾ ਹੈ ਔਰ ਕਾਫੀ ਪਸੰਦ ਕੀਤਾ ਜਾ ਰਿਹਾ ਸਾਰੇ ਪਾਸੇ ਪੀਪਲ ਆਰ ਲਾਈਕਿੰਗ ਇਟ ਮਿਊਜ਼ਿਕ ਵੀ ਵਧੀਆ ਤੇ ਤੁਸੀਂ ਉਹਦੇ ਵਿੱਚ ਐਕਟ ਵੀ ਆਪ ਹੀ ਕੀਤਾ ਹਾਂਜੀ ਹਾਂਜੀ ਐਕਟਿੰਗ ਦਾ ਵੀ ਸ਼ੌਂਕ ਹੈ ਮੈਨੂੰ ਪਤਾ ਲੱਗਿਆ ਹਾਂਜੀ ਹਾਂਜੀ ਬਸ ਹੌਲੀ ਹੌਲੀ ਬੈਟਰ ਕਰ ਰਿਹਾ ਪਹਿਲਾਂ ਥੋੜਾ ਥੋੜਾ ਖੋਲਣਾ ਔਖਾ ਲੱਗਦਾ ਪਰ ਹੁਣ ਖੁੱਲ ਗਿਆ ਜੀ ਹੁਣ ਅੱਛਾ ਸੋ ਹੁਣ ਕੋਈ ਚੱਕਰ ਨਹੀਂ ਪਹਿਲੇ ਦੇ ਥੋੜਾ ਕੰਫਰਟ ਲੈਵਲ ਹੁੰਦਾ ਨਾ ਜੀ ਮੈਨੂੰ ਲੱਗਦਾ ਹਰ ਇੱਕ ਐਕਟਰ ਦੀ ਇੱਕ ਉਹ ਹੁੰਦੀ ਇੱਕ ਸੈਂਸਿਟਿਵ ਟੌਪਿਕ ਟੱਚ ਜੀ ਹੁੰਦੀ ਹੈ ਹਨਾ ਕਿ ਇੱਕ ਵਾਰ ਕਿ ਸਾਨੂੰ ਕੰਫਰਟ ਫੀਲ ਕਰਾਇਆ ਜਾਵੇ ਜਿੱਦਾਂ ਥੋੜ੍ਹਾ ਜਿਹਾ ਹੁੰਦਾ ਮੈਂ ਉਹ ਨਖਰੇ ਨਹੀਂ ਸਾਊਂਡ ਕਰਨਾ ਚਾਹੁੰਦਾ ਕਿ ਪਰ ਹਾਂਜੀ ਉਹ ਥੋੜ੍ਹਾ ਜਿਹਾ ਪਹਿਲੇ ਦਿਨ ਥੋੜ੍ਹੀ ਝਿਜਕ ਸੀਗੀ ਉਹ ਪਰ ਜਿੱਦਾਂ ਹੀ ਗਾਣਾ ਸ਼ੁਰੂ ਹੋਇਆ ਉਹ ਨਾਲ ਦੀ ਨਾਲ ਹੀ ਝਿਜਕ ਸ਼ੁਰੂ ਖਤਮ ਹੁੰਦੀ ਗਈ ਫਿਰ ਉਹ ਸੈਕਿੰਡ ਡੇ ਥਰਡ ਡੇ ਬੈਟਰ ਹੋ ਗਿਆ ਸਾਰਾ ਦੈਟਸ ਨਾਈਸ ਸੋ ਕੈਸਾ ਰਿਹਾ ਇਹ ਪੂਰਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਸਿੰਗਿੰਗ ਵੀ ਤੁਸੀਂ ਕੀਤੀ ਹੈ ਇਹਦੇ ਵਿੱਚ ਐਕਟ ਵੀ ਤੁਸੀਂ ਕੀਤਾ ਹੈ ਔਰ ਲਿਖਿਆ ਵੀ ਗਾਣਾ ਆਪ ਹੈ ਹਾਂਜੀ ਹਾਂਜੀ ਇਹ ਕਿਉਂ ਇੰਨਾ ਕੁਛ ਕਿਉਂ ਕੀਤਾ ਹਾਲੇ ਤਾਂ ਮੈਨੂੰ ਲੱਗਦਾ ਮੈਂ ਘੱਟ ਕੀਤਾ ਮੈਂ ਡਾਇਰੈਕਸ਼ਨ ਵੀ ਆਪ ਕਰਨੀ ਚਾਹੁੰਦਾ ਵੀਡੀਓ ਵੀ ਆਪਣੀਆਂ ਪਰ ਨਹੀਂ ਪਰ ਸੁਖ ਸੰਘੇੜਾ ਵੀਰੇ ਨੇ ਕੰਮ ਬਹੁਤ ਸੋਹਣਾ ਕੀਤਾ ਵੀਡੀਓ ਦੇ ਵਿੱਚ ਹਨਾ ਅੱਛਾ ਤੇ ਵੀਰੇ ਨੇ ਵਧੀਆ ਸਾਨੂੰ ਸਪੋਰਟ ਕੀਤਾ ਓਕੇ ਤੇ ਹਾਂਜੀ ਹੀ ਇਜ਼ ਅ ਵੈਰੀ ਨਾਈਸ ਗਾਇ ਤੇ ਬਹੁਤ ਵਧੀਆ ਲੱਗਿਆ ਵੀਰੇ ਨਾਲ ਕੰਮ ਕਰਕੇ ਦੈਟਸ ਗੁੱਡ ਹਾਂਜੀ ਸੋ ਹੁਣ ਇਹ ਗੀਤ ਤੁਹਾਡਾ ਜਿਹੜਾ ਇਹ ਮੇ ਬੈਕ ਇਹ ਹੁਣ ਪਹਿਲਾਂ ਆਇਆ ਇਹ ਤੋਂ ਅੱਗੇ ਪ੍ਰੋਜੈਕਟਸ ਹੁਣ ਹੋਰ ਵੀ ਕਈ ਹਾਂਜੀ 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 ਸਾਰੇ ਲਾਈਨਡ ਅਪ ਨੇ ਮੈਂ ਪਹਿਲਾਂ ਐਕਚੁਅਲੀ ਇਹ ਗਾਣਾ ਕਾਫੀ ਡਿਲੇ ਹੋ ਗਿਆ ਬਣੇ ਪਏ ਨੂੰ ਵੀ ਟਾਈਮ ਹੋ ਗਿਆ ਕਾਫੀ ਵਿਦ ਵੀਡੀਓ ਅੱਛਾ ਤੇ ਅਸੀਂ ਪਹਿਲਾਂ ਡਿਸੰਬਰ ਮਿਡ ਦੇ ਵਿੱਚ ਕਰਨਾ ਸੀ ਰਿਲੀਜ਼ ਅੱਛਾ ਤੇ ਫਿਰ ਉਸ ਤੋਂ ਬਾਅਦ ਸੋਚਿਆ ਕਿ ਸ਼ਹੀਦੀ ਦਿਹਾੜਾ ਆ ਰਿਹਾ ਤੇ ਅਸੀਂ ਉਸ ਟਾਈਮ ਤੇ ਨਹੀਂ ਰਿਲੀਜ਼ ਕਰਨਾ ਚਾਹੁੰਦੇ ਤੇ ਪਰ ਫਿਰ ਅਸੀਂ ਤਾਂ ਹੀ ਕਰਕੇ 2022 ਦੇ ਸਟਾਰਟ 'ਚ ਹੀ ਕਰ ਲਿਆ ਫਿਰ ਅਸੀਂ ਪਰ ਹੁਣ ਅੱਗੋਂ ਬੈਕ ਟੂ ਬੈਕ ਨੇ ਸਾਰੇ Very nice. Good luck for sare vaste tonu bahut bahut mubarak hove pehla Maybach vaste and us to baad hor jo vi tade projects honge obviously so assi ehi gal kar rahe si off air vi ke jadon tusi business ya kaam jehda career ho ta karna hi hunda hai par je tuhanda passion vi naal di naal pursue hunda rahe tusi karde raho to ode vargi risk koi nahi and I think ehde vaste tonu shukr manona chahida rabb da vi aur sare da bilkul bahut shukr hai ji bahut shukr hai maharaj da yeah so god has been kind yeah god has been kind and it is so is to ilawa hor ki shauk ne singing to ilawa likhan to ilawa like sirf music to ilawa haan ji jadon weekend de time hunda jadon target shooting kar leidi hai oye rabba nahi nahi very prevention are you good at that ve tade to dur rahiye thoda ja nahi main bandeya te nahi target karda ji assi sirf targets nu target karde ha sirf fun target shooting karde ho target shooting da fun haan shauk hai ji haan ji ਓਕੇ ਤੇ ਜਾਂ ਖੇਲਣਾ ਹੋਵੇ ਤਾਂ ਫਿਰ ਅਸੀਂ ਗੋਲਫ ਖੇਲ ਲਈਦੀ ਹੈ ਆਪਣੀ ਕੰਪਨੀ ਨਾਲ ਜੇ ਜਾਈਏ ਮੋਸਟਲੀ ਤੇ ਜਾਂ ਫਿਰ ਅਸੀਂ ਲਾਨ ਟੈਨਿਸ ਖੇਲਦੇ ਹਾਂ ਜ਼ਿਆਦਾ ਓ ਅੱਛਾ ਅੱਛਾ ਹਾਂਜੀ ਹਾਂਜੀ ਵਾਓ ਦੈਟਸ ਗੁੱਡ ਲਾਨ ਟੈਨਿਸ ਗੋਲਫ ਟਾਰਗੇਟ ਸ਼ੂਟਿੰਗ ਫੋਟੋਗ੍ਰਾਫੀ ਵੀਡੀਓਗ੍ਰਾਫੀ ਬਹੁਤ ਵਧੀਆ ਸ਼ੌਂਕ ਤੁਸੀਂ ਪਾਲੇ ਨੇ ਡੀਪੀ ਔਰ ਦੈਟਸ ਰੀਅਲੀ ਨਾਈਸ ਸੋ ਇਹ ਤਾਂ ਹੋ ਗਈ ਸ਼ੁਰੂਆਤ ਹਾਂਜੀ ਹੈ ਨਾ ਤੁਸੀਂ ਕਿਹਾ ਕਿ ਮੈਂ ਆਪਣੇ ਆਪ ਨੂੰ ਸਟੇਜ ਤੇ ਵੇਖਣਾ ਚਾਹੁੰਦਾ ਸੋ ਵੇਅਰ ਡੂ ਯੂ ਵਾਂਟ ਟੂ ਬੀ ਅੱਜ ਤੋਂ ਜੇ 10 ਸਾਲ ਦੀ ਗੱਲ ਕਰੀਏ ਤਾਂ ਕਿੱਥੇ ਹੋਏਗਾ ਡੀਪੀ ਕਾਰਪੋਰੇਟ ਵਰਲਡ ਵਾਲਾ ਕੁਐਸਚਨ ਪੁੱਛਿਆ ਤੁਸੀਂ ਵੇਅਰ ਡੂ ਯੂ ਸੀ ਯੂਰਸੈਲਫ ਇਨ 10 ਇਅਰਸ ਨਹੀਂ ਨਹੀਂ ਉਦਾਂ ਦਾ ਕੁਝ ਨਹੀਂ ਹੈ ਜੀ ਆਪਾਂ ਗੋ ਵਿਦ ਦਾ ਫਲੋ ਵੀ ਨਹੀਂ ਕਹਿਣਾ ਚਾਹੀਦਾ ਵੀ ਡੂ ਹੈਵ ਸਮ ਪਲਾਨਸ ਆਪਣੇ ਹੈਗੇ ਆ ਆਪਾਂ ਕੀ ਕਰਨਾ ਪਰ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਜੇ ਪਹਿਲਾਂ ਕਹਿਤਾ ਤੇ ਉਹ ਚੀਜ਼ ਨਾ ਹੋਵੇ ਫਿਰ ਉਹ ਚੰਗਾ ਨਹੀਂ ਲੱਗਦਾ ਅੱਛਾ ਤੇ ਕਰਕੇ ਦਿਖਾਈਏ ਤਾਂ ਜ਼ਿਆਦਾ ਸਵਾਦ ਆ ਮੈਨੂੰ ਐਂ ਲੱਗਦਾ ਅੱਛਾ ਵੀ ਜ਼ਿਆਦਾ ਦੱਸਣਾ ਨਹੀਂ ਮਤਲਬ ਹਾਲੇ ਜੋ ਹੈਗਾ ਤਾਂ ਹੈਗਾ ਪਲਾਨਸ ਕਰਕੇ ਦਿਖਾਉਣਾ ਜ਼ਿਆਦਾ ਵਧੀਆ ਲੱਗਦਾ ਬੋਲ ਕੇ ਕਰਨ ਨਾਲੋਂ ਦੈਟਸ ਰੀਅਲੀ ਨਾਈਸ ਸੋ ਹੁਣ ਵੀ ਸਕੂਲ ਦੇ ਫਰੈਂਡਸ ਇਨ ਟੱਚ ਹੈਗੇ ਆ ਸਾਰੇ ਹੈਗੇ ਜੀ ਸਾਰੇ ਜਿਹੜੇ ਜਿਹੜੇ ਰਹਿਣੇ ਸੀਗੇ ਉਹ ਰਹਿ ਰਹੇ ਆ ਹਾਲੇ ਵੀ ਤੇ ਹਮੇਸ਼ਾ ਰਹਿਣਗੇ ਅੱਛਾ ਸੋ ਉਹਨਾਂ ਤੋਂ ਵੀ ਫੀਡਬੈਕ ਲੈਣੇ ਆ ਹਾਂਜੀ ਹਾਂਜੀ ਫੀਡਬੈਕ ਤਾਂ ਮੈਨੂੰ ਲੱਗਦਾ ਕਿ ਜਿਹੜੇ ਮੇਰੇ ਕੁਝ ਅਜ਼ੀਜ਼ ਹੈਗੇ ਆ ਭਰਾ ਭੈਣ ਭਰਾ ਹਨਾ
ਉਹਨਾਂ ਨੂੰ ਮੈਂ ਸੁਣਾਉਂਦਾ ਚੰਦ ਲੋਕ ਨੇ ਜਿਨ੍ਹਾਂ ਨੂੰ ਮੇਰੇ ਉਹਨਾਂ ਨੇ ਮੇਰੇ ਸਾਰੇ ਗਾਣੇ ਹੁਣ ਤੱਕ ਸਾਰਿਆਂ ਦੇ ਰਿਵਿਊਜ਼ ਦਿੱਤੇ ਹੋਏ ਆ, ਸੁਣਦੇ ਆ, ਸਭ ਕੁਛ ਦੱਸਦੇ ਆ, ਅਤੇ ਉਹ ਝਿਜਕਦੇ ਨਹੀਂ, ਮੈਨੂੰ ਕਹਿਣ ਲੱਗਿਆ ਵੀ ਆਹ ਨਹੀਂ ਸਹੀ, ਇੱਦਾਂ ਨਹੀਂ ਸਹੀ। ਅੱਛਾ, ਹਾਂਜੀ, ਅਤੇ ਉਹਨਾਂ ਤੋਂ ਹੀ ਫਾਇਦਾ। ਹਾਂਜੀ, ਰੀਅਲ ਫਰੈਂਡਸ ਐਕਚੁਅਲੀ। ਹਾਂਜੀ, ਜਿਹੜੇ ਜਿਹੜੇ ਰੀਅਲ ਕਲੋਜ਼ ਪੀਪਲ ਹੈਗੇ ਆ, ਜਿਨ੍ਹਾਂ ਨੂੰ ਕੁਛ ਕੁਛ ਇੱਦਾਂ ਦੇ ਫਰੈਂਡਸ ਵੀ ਹੈਗੇ ਜਿਹੜੇ ਬਹੁਤ ਕਲੋਜ਼ ਹੈ ਪਰ ਉਹਨਾਂ ਨੂੰ ਮਿਊਜ਼ਿਕ ਦਾ ਕੋਈ ਆਈਡੀਆ ਵੀ ਨਹੀਂ ਹੈਗਾ, ਫਿਰ ਉਹਨਾਂ ਨੂੰ ਸ਼ਾਇਦ ਕਈ ਵਾਰ ਘੱਟ ਸੁਣਾਈਦਾ, ਪਰ ਉਹਨਾਂ ਨੂੰ ਵੀ ਫਾਇਦਾ ਇਹ ਹੈ ਕਿ ਉਹ ਵੀ ਇੱਕ ਆਡੀਅੰਸ ਹੈ ਜਿਹੜੀ ਮੈਜੋਰਿਟੀ ਹੈ ਜਿਹੜੀ ਉਹ ਮਿਊਜ਼ਿਕ ਨਾਲ ਕਨੈਕਟਡ ਨਹੀਂ ਆ, ਐਜ਼ ਇਨ ਕਿ ਫੀਲਡ ਲੈਵਲ 'ਤੇ, ਹੈ ਨਾ। ਅਤੇ ਫਿਰ ਉਹਨਾਂ ਤੋਂ ਵੀ ਰਿਵਿਊ ਲੈ ਲਈਦਾ ਵੀ ਹਾਊ ਇਜ਼ ਇਟ ਸਾਊਂਡਿੰਗ, ਕਿਵੇਂ ਕਿਵੇਂ ਸੁਣਨ 'ਚ ਕਿਵੇਂ ਲੱਗ ਰਿਹਾ। ਹਾਂਜੀ, ਕਿਉਂਕਿ ਆਡੀਅੰਸ ਕਈ ਤਰ੍ਹਾਂ ਦੀ ਹੁੰਦੀ ਹੈ। ਜੀ ਜੀ, ਕਈ ਸਿਰਫ ਸੁਣਦੇ ਹੀ ਨੇ, ਕਈ ਬਿਲਕੁਲ ਸਾਊਂਡ ਹੀ ਮੈਜਿਕ ਹੈ ਬੇਸਿਕਲੀ, ਚਾਹੇ ਤੁਸੀਂ ਕਈ ਵਾਰ ਜਿੰਨਾ ਮਰਜ਼ੀ ਲਿਰਿਕਲੀ ਜ਼ੋਰ ਲਾ ਲਓ ਗਾਣੇ 'ਤੇ, ਕਈ ਵਾਰ ਤੁਸੀਂ ਮਿਊਜ਼ਿਕ ਜ਼ਿਆਦਾ ਸੁਣਨਾ, ਜਦੋਂ ਸਾਰੀਆਂ ਚੀਜ਼ਾਂ ਇਕੱਠੀਆਂ ਇੱਕ ਫਾਈਨਲ ਪ੍ਰੋਡਕਟ ਬਣ ਕੇ ਬਾਹਰ ਆਉਂਦਾ, ਜਦੋਂ ਉਹ ਸੁਣਨਾ ਉਹ ਤਾਂ ਕੰਨਾਂ ਨਹੀਂ ਸੁਣਨਾ, ਉਹ ਕਿਸੇ ਵੀ ਕੰਨਾਂ ਨੇ ਸੁਣਨਾ, ਹੈ ਨਾ, ਇਕੱਲੇ ਮਿਊਜ਼ਿਕ ਵਾਲਿਆਂ ਨੇ ਨਹੀਂ। ਐਗਜੈਕਟਲੀ, ਸੋ ਮੋਮ ਐਂਡ ਡੈਡ ਹੈਗੇ ਨੇ ਪਿੱਛੇ ਇੰਡੀਆ ਕਿ? ਹਾਂਜੀ, ਬੈਕ ਐਂਡ ਫੋਰਥ ਆਉਂਦੇ ਜਾਂਦੇ ਰਹਿੰਦੇ ਆ। ਹੋਰ ਤੁਹਾਡੇ ਭੈਣ ਭਰਾ? ਮੇਰੀ ਛੋਟੀ ਭੈਣ ਆ ਜੀ, ਉਹ ਇੱਥੇ ਹੀ ਹੈ ਮੇਰੇ ਕੋਲ, ਹੁਣੇ ਹੀ ਮੂਵ ਹੋਈ ਹੈ ਹਾਈ ਸਕੂਲ 'ਚ ਆ ਉੱਥੇ। ਅੱਛਾ ਅੱਛਾ, ਹਾਂਜੀ ਹਾਂਜੀ। ਉਹਨਾਂ ਨੂੰ ਵੀ ਸੁਣਾਉਂਦੇ ਹੁੰਦੇ ਗਾਣੇ? ਹਾਂਜੀ ਹਾਂਜੀ, ਉਹ ਤਾਂ ਸੁਣਦੇ ਰਹਿੰਦੇ ਆ। ਉਹਨੂੰ ਵੀ ਬਹੁਤ ਸ਼ੌਂਕ ਹੈ ਸੁਣਨ ਦਾ। ਓ ਦੈਟਸ ਨਾਈਸ, ਦੈਟਸ ਨਾਈਸ। ਸੋ ਬਹੁਤ ਵਧੀਆ। ਤੁਹਾਨੂੰ ਮੈਂ ਤਾਂ ਇੱਕੋ ਹੀ ਗੱਲ ਵਾਰ ਵਾਰ ਇਹੀ ਰਿਪੀਟ ਕਰੂੰਗੀ ਕਿ ਸਪੋਰਟ ਬਹੁਤ ਜ਼ਰੂਰੀ ਹੈ, ਐਂਡ ਆਮ ਰੀਲੀ ਹੈਪੀ। ਔਰ ਹੋਰ ਹੁਣ ਤੁਸੀਂ ਦੱਸੋ ਆਪਣੇ ਸੋਸ਼ਲ ਮੀਡੀਆ ਬਾਰੇ ਕਿ ਕਿੰਨੇ ਕੁ ਐਕਟਿਵ ਹੋ ਤੁਸੀਂ ਸੋਸ਼ਲ ਮੀਡੀਆ 'ਤੇ? ਪਹਿਲਾਂ ਜ਼ਿਆਦਾ ਸੀਗਾ ਜੀ, ਹੁਣ ਥੋੜ੍ਹਾ ਕੰਮ 'ਚ ਰੁਝਾਨ ਹੋਣ ਕਰਕੇ ਥੋੜ੍ਹਾ ਜਿਹਾ ਘੱਟ ਗਿਆ, ਅਤੇ ਪਰ ਕੋਸ਼ਿਸ਼ ਹੈਗੀ ਹੈ ਕਿ ਜੇ ਇਸ ਫੀਲਡ 'ਚ ਹੈਗਾ ਤਾਂ ਸੋਸ਼ਲ ਮੀਡੀਆ 'ਤੇ ਥੋੜ੍ਹਾ ਥੋੜ੍ਹਾ ਅਪਡੇਟ ਰਹੀਏ। ਹਾਂ ਨਹੀਂ, ਬਹੁਤ ਜ਼ਿਆਦਾ ਆਈ ਗੈਸ ਸੋਸ਼ਲ ਮੀਡੀਆ ਦੇ ਰਾਹੀਂ ਹੁਣ ਸਾਰਿਆਂ ਨੂੰ ਪਤਾ ਲੱਗਦਾ। ਰੇਡੀਓ ਓਬਵੀਅਸਲੀ ਇਟਸ ਪਾਪੂਲਰ, ਰੇਡੀਓ 'ਤੇ ਗਾਣੇ ਵੱਜਣ ਉਹੀ ਲੋਕ ਸੁਣਦੇ ਨੇ, ਕੈਨੇਡਾ ਵਿੱਚ ਰੇਡੀਓ ਜ਼ਿਆਦਾ ਚੱਲਦਾ, ਪਰ ਫਿਰ ਵੀ ਸੋਸ਼ਲ ਮੀਡੀਆ ਤੋਂ ਬਿਨਾਂ ਥੋੜ੍ਹਾ ਮੁਸ਼ਕਿਲ ਹੋ ਜਾਂਦਾ। ਬਟ ਆਈ ਗੈਸ ਯੂ ਆਰ ਔਨ ਸੋਸ਼ਲ ਮੀਡੀਆ, ਸੋ ਆਪਣੇ ਹੈਂਡਲ ਜ਼ਰੂਰ ਸ਼ੇਅਰ ਕਰੋ ਔਰ ਦੱਸੋ ਕਿ ਤੁਸੀਂ ਕਿਹੜੇ ਕਿਹੜੇ ਪਲੈਟਫਾਰਮਸ 'ਤੇ ਹੋ। ਹਾਂਜੀ, ਇੰਸਟਾਗ੍ਰਾਮ 'ਤੇ DPXINGH, ਡੀ ਪੀ ਸਿੰਘ, ਐਕਸ ਨਾਲ ਹੈ ਵਿੱਚ, ਐਸ ਐਸ ਦੀ ਜਗ੍ਹਾ 'ਤੇ। ਅੱਛਾ, ਹਾਂਜੀ, ਇਹਦੀ ਵੀ ਸਟੋਰੀ ਹੈ ਛੋਟੀ ਜੀ, ਪਰ ਲੈਟਸ ਨਾਟ ਗੈਟ ਇਨ ਟੂ ਇਟ। ਨਹੀਂ ਦੱਸ ਦਿਓ, ਨਹੀਂ ਮੈਂ ਸੋਚੇ ਮੈਨੂੰ ਸਪੈਲਿੰਗ ਗਲਤ ਸੁਣੇ ਆ ਜਾਂ ਕੀ ਚੱਕਰ ਹੈ, ਸਿੰਘ ਹੈ ਪਰ ਐਸ ਦੀ ਥਾਂ ਤੇ ਐਕਸ ਆ। ਅੱਛਾ, ਹਾਂਜੀ, ਇਦਾਂ ਕਰ ਲਈ। ਮੈਕਸੀਕੋ ਤਾਂ ਨਹੀਂ ਸੀ ਜਾ ਗਿਆ? ਜਿਹਦਾ ਵੀ ਰੀਜ਼ਨ ਤੁਹਾਨੂੰ ਦੱਸ ਦਵਾਂਗੇ ਲੇਟਰ ਔਨ, ਗਾਣਿਆਂ 'ਚ ਦੱਸ ਦਵਾਂਗੇ ਤੁਹਾਨੂੰ, ਇਹ ਵੀ ਪਤਾ ਲੱਗ ਜਾਏ। ਹਰ ਚੀਜ਼ 'ਤੇ ਗਾਣਾ ਲਿਖਿਆ ਹੋਇਆ ਹੈ। ਗਾਣੇ ਨਹੀਂ, ਗਾਣੇ ਸਟੋਰੀ ਹੈ ਜੀ ਆਪਣੀ, ਉਹ ਚੀਜ਼ ਲਿਖਣ ਦਾ ਫਾਇਦਾ ਨਹੀਂ ਜਿਹੜੀ ਤੁਸੀਂ ਹੈ ਨਹੀਂ ਆ ਕਰ। ਮੈਂ ਨਹੀਂ ਕਹਿੰਦਾ, ਇਹ ਵੀ ਇੱਕ ਚੀਜ਼ ਗਲਤ ਹੈ ਵੈਸੇ ਆਪਣੇ ਮੂੰਹ, ਇੱਦਾਂ ਵੀ ਨਹੀਂ, ਕਈ ਵਾਰ ਹੋ ਸਕਦਾ ਫਿਕਸ਼ਨਲ ਚੀਜ਼ ਵੀ, ਅਸੀਂ ਕਈ ਵਾਰ ਸਾਰੇ ਹੀ ਸੋਚਣਗੇ ਡੀਪੀ ਦੀ ਆਪਣੀ ਸਟੋਰੀ ਹੈ। ਹਾਂਜੀ, ਨਹੀਂ ਇੱਦਾਂ ਵੀ ਨਹੀਂ ਕਿ ਹਰ ਚੀਜ਼ ਮੇਰੀ ਆਪਣੀ ਸਟੋਰੀ ਵੀ ਨਹੀਂ ਆ, ਪਰ ਕਿਤੇ ਨਾ ਕਿਤੇ ਤਾਂ ਬੰਦਾ ਰਿਲੇਟ ਕਰਦਾ ਹੀ ਆਪਣੇ ਨਾਲ ਚੀਜ਼ਾਂ। ਪਰ ਕੁਛ ਗਾਣੇ ਇੱਦਾਂ ਦੇ ਆ ਜਿਹੜੇ ਸਾਡੀ ਜਰਨੀ ਨੂੰ ਡਿਫਾਈਨ ਕਰਦੇ ਆ, ਉਹ ਉਦਾਂ ਦੇ ਗਾਣੇ ਹੈਗੇ ਆ, ਤਾਂ ਉਹਨਾਂ ਲਈ ਚੀਜ਼ਾਂ ਸੰਭਾਲ ਕੇ ਰੱਖੀਆਂ ਹੋਈਆਂ। ਓਕੇ, ਸੋ DPXINGH। ਹਾਂਜੀ, ਇੰਸਟਾਗ੍ਰਾਮ 'ਤੇ, ਇੰਸਟਾਗ੍ਰਾਮ 'ਤੇ ਜੀ। ਅਤੇ ਹੋਰ ਹੋਰ ਆਪਣੇ IAMDP Singh ਸਨੈਪਚੈਟ 'ਤੇ ਆ। ਇਹਦੀ ਮੈਂ ਸਪੈਲਿੰਗ ਸੋਚ ਰਹੀ ਸੀ, IAM ਇਹਦੇ ਸਿੱਧੇ ਆ ਜੀ, IAMDP Singh, ਇਹ ਪੁਰਾਣੀ ਆਈਡੀ ਬਣੀ ਹੋਈ ਹੈ। IAMDP AS ਨਾਲ ਹੀ ਹੈ, AS ਨਾਲ ਹੀ ਹੈ ਜੀ। ਜਦੋਂ ਤੁਸੀਂ ਕਿਹਾ ਨਾ IAM, ਆਈ ਵਾਸ ਲਾਈਕ ਵਾਟ ਇਜ਼ ਦੈਟ ਸਪੈਲ, ਕਿ IAMDP Singh। ਅੱਛਾ, ਠੀਕ ਠੀਕ। ਤੇ ਫੇਸਬੁੱਕ 'ਤੇ ਮੇਰਾ ਕੋਈ ਸੋਸ਼ਲ ਪੇਜ ਨਹੀਂ ਹੈਗਾ, ਪ੍ਰਾਈਵੇਟ ਪ੍ਰੋਫਾਈਲ ਹੀ ਹੈ ਮੇਰੀ, ਪਰ ਮੈਂ ਘੱਟ ਹੀ ਚਲਾਉਂਦਾ ਫੇਸਬੁੱਕ। ਰੈਕਡ ਲੇਬਲ ਵੀ ਤੁਹਾਡਾ ਆਪਣਾ? ਹਾਂਜੀ, ਦ ਵੈਂਟਾ ਰੈਕਿਟਸ ਕਰਕੇ, ਉਹ ਵੀ ਇੰਸਟਾਗ੍ਰਾਮ 'ਤੇ ਹੈਗਾ, ਆਪਣੀ ਵੈਬਸਾਈਟ ਵੀ ਹੈਗੀ ਹੈ thevantarecords.com। ਵੈਂਟਾ VAANTA, ਵੈਂਟਾ ਰੈਕਿਟਸ। ਹਾਂਜੀ, ਸੋ ਇਹ ਆਪਣਾ ਤੁਸੀਂ ਆਪ ਬਣਾਉਣ ਦਾ ਕਿਉਂ ਸੋਚਿਆ? ਅੱਜ ਕੱਲ੍ਹ ਵੈਸੇ ਸਾਰੇ ਹੀ ਆਪਣਾ ਕਰ ਰਹੇ ਆ, ਸਿੰਗਰਸ ਵੀ ਆਪਣੇ ਗਾਣੇ ਆਪਣੇ ਪੇਜ ਆਪਣੇ ਅਕਾਊਂਟਸ ਤੋਂ ਹੀ ਬਣਾਉਂਦੇ ਆ, ਪਾਉਂਦੇ ਆ, ਹੈ ਨਾ। ਅਤੇ ਫਾਇਦਾ ਵੀ ਉਸੇ ਚੀਜ਼ 'ਚ ਹੀ ਆਏਗਾ ਜ਼ਿਆਦਾ, ਤੁਹਾਡੇ ਕਾਪੀਰਾਈਟਸ ਨਹੀਂ ਕਿਸੇ ਕੋਲ ਜਾਂਦੇ ਕੋਈ, ਹੈ ਨਾ। ਵੈਂਟਾ ਦੀ ਪਰ ਥੋੜ੍ਹੀ ਜਿਹੀ ਸੋਚ ਡਿਫਰੈਂਟ ਹੈ ਕਿ ਮੈਂ ਉਸ ਟਾਈਮ 'ਤੇ ਰਿਹਾ ਜਿੱਥੇ, ਹੈ ਨਾ, ਇੱਕ ਤੜਪਣ ਹੁੰਦੀ ਹੈ ਹਰ ਕਲਾਕਾਰ ਦੀ, ਕੋਈ ਲਿਖਦਾ ਨਾ ਉਹਨੂੰ ਹੁੰਦਾ ਕਿ ਯਾਰ ਮੇਰਾ ਕੰਟੈਂਟ ਬਾਹਰ ਚਲਾ ਜਾਵੇ, ਕਿਸੇ ਤਰੀਕੇ ਲੋਕ ਸੁਣ ਲੈਣ, ਉਹ ਇੱਕ ਤੜਪ ਜਿਹੜੀ ਹੁੰਦੀ ਹੈ ਨਾ, ਉਸ ਤੜਪ ਨੂੰ ਮਿਟਾਉਣ ਲਈ ਆਪਾਂ ਇੱਕ ਛੋਟੀ ਜਿਹੀ ਕੋਸ਼ਿਸ਼ ਹੈ। ਆਪਣੇ ਗਾਣੇ ਤਾਂ ਚਲੋ ਆਪਾਂ ਪਾ ਹੀ ਦੇਣੇ ਨੇ ਉਹਦੇ 'ਤੇ, ਪਰ ਹਾਂ, ਜਿਹੜਾ ਇੱਕ ਰੀਅਲ ਟੈਲੈਂਟ ਵੀ ਹੋਊਗਾ ਉਹਨੂੰ ਵੀ ਆਪਾਂ ਕੋਸ਼ਿਸ਼ ਕਰਾਂਗੇ ਜਿੰਨੇ ਕੁ ਜੋਗੇ ਹੈਗੇ ਆ ਅੱਗੇ ਲੈ ਕੇ ਆਉਣ ਦੀ, ਭਾਵੇਂ ਉਹ ਕਿਸੇ ਚੀਜ਼ 'ਚ ਵੀ ਹੋਵੇ, ਭਾਵੇਂ ਉਹ ਲਿਖਦਾ ਹੋਵੇ, ਮਿਕਸ ਮਾਸਟਰ ਕਰਦਾ ਹੋਵੇ, ਮਿਊਜ਼ਿਕ ਵਧੀਆ ਹੋਵੇ, ਪੋਸਟਰ ਬਣਾਉਂਦਾ ਹੋਵੇ, ਐਨੀਥਿੰਗ ਗ੍ਰਾਫਿਕਲੀ। ਹਾਂਜੀ, ਵੈਰੀ ਗੁੱਡ। ਹਾਂਜੀ, ਔਰ ਮੈਂ ਆਪਾਂ ਗੱਲ ਕਰ ਰਹੇ ਸੀ ਇਸ ਬਾਰੇ ਕਿ ਜਦੋਂ ਤੁਸੀਂ ਇੱਥੇ ਆਏ ਹੋ ਤਾਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਵੈਸੇ ਤਾਂ ਯੂ ਆਰ ਗੁੱਡ, ਪਰ ਫਿਰ ਵੀ
ਬਾਕੀਆਂ ਵਾਂਗੂ ਹੀ ਰਹੇ ਕਿ ਲਾਈਫ ਇਜ਼ ਬਹੁਤ ਈਜ਼ੀ ਆ, ਤੁਹਾਨੂੰ ਕੀ ਲੱਗਿਆ ਪਿਛਲੇ 7 ਸਾਲਾਂ ਦੇ ਦੌਰਾਨ ਸੌਖਾ ਰਿਹਾ ਕਿ ਔਖੇ ਰਹੇ? ਨਹੀਂ ਦੇਖੋ, ਇੱਦਾਂ ਸਭ ਦੀ ਜ਼ਿੰਦਗੀ 'ਚ ਮੈਨੂੰ ਲੱਗਦਾ ਆਉਂਦੇ ਆ, ਉਤਾਰ ਚੜ੍ਹਾ ਸਭ ਦੀ ਜ਼ਿੰਦਗੀ 'ਚ ਆਉਂਦੇ ਆ, ਅਤੇ ਇੱਦਾਂ ਹੀ ਮੇਰੀ ਲਾਈਫ 'ਚ ਵੀ ਆਏ, ਅਤੇ ਮੈਂ ਉਹਨਾਂ ਨੂੰ ਬਹੁਤਾ ਵੱਡਾ ਕਹਿ ਕੇ ਉਹਨਾਂ ਦਾ ਹੈ ਨਾ ਸਿੰਪਤੀ ਨਹੀਂ ਕੋਈ ਇੱਦਾਂ ਹੈਗੀ, ਸਭ ਦੀ ਲਾਈਫ 'ਚ ਹੀ ਹੁੰਦਾ, ਕੋਈ ਵੱਡੀ ਗੱਲ ਨਹੀਂ ਹੈ, ਬਸ ਸਿਰਫ ਇੱਕੋ ਤੁਹਾਡੇ ਚੈਨਲ ਦੇ ਰਾਹੀਂ ਬਸ ਇੱਕੋ ਸੁਨੇਹਾ, ਜੇ ਕੋਈ ਬੰਦਾ ਸੁਣ ਕੇ ਇੱਕ ਬੰਦਾ ਵੀ ਮੈਨੂੰ ਲੱਗਦਾ ਕਿ ਜੇ ਉਹ ਅਫੈਕਟ ਹੋ ਜਾਵੇ ਉਹ ਚੀਜ਼ ਤਾਂ ਵਧੀਆ, ਕਿ ਜਿਹੜੇ ਆਪਣੇ ਸਟੂਡੈਂਟ ਐਕਸਪਲੋਇਟੇਸ਼ਨ ਹੈ ਜਿਹੜੀ, ਉਹ ਨਹੀਂ ਹੋਣੀ ਚਾਹੀਦੀ, ਜਿਹੜੇ ਆਪਣੇ ਸਟੂਡੈਂਟਸ ਆਪਾਂ ਹਨ, ਆਉਂਦੇ ਬੱਚੇ ਨਾ, ਅਸੀਂ ਇੰਨੀ ਮਿਹਨਤ ਕਰਕੇ ਸਾਰਾ ਕੁਛ ਕਰਦੇ ਹਾਂ, ਬਣਦਾ ਹੱਕ ਜ਼ਰੂਰ ਮਿਲਦਾ ਰਹੇ ਸਭ ਨੂੰ। ਅਸੀਂ ਅਕਸਰ ਰੋਜ਼ ਵੀਡੀਓਜ਼ ਦੇਖਦੇ ਹਾਂ ਇੰਸਟਾਗ੍ਰਾਮ 'ਤੇ ਭਰਿਆ ਪਿਆ ਇੱਦਾਂ ਦੇ ਇੰਸੀਡੈਂਟਸ ਦੇ ਨਾਲ ਕਿ ਉਹਨੇ ਸਾਡੇ ਪੈਸੇ ਮਾਰ ਲਏ, ਇੱਦਾਂ ਕਰ ਲਏ ਇੰਪਲੋਇਰ ਨੇ। ਨੋ ਮੈਟਰ ਵਾਟ, ਬੰਦਾ ਨਹੀਂ ਕੰਮ 'ਤੇ, ਭਾਵੇਂ ਜਿੰਨਾ ਵੀ ਜਿੰਨਾ ਉਹਦਾ ਹੱਕ ਬਣਦਾ ਉਹ ਮਿਲਣਾ ਚਾਹੀਦਾ। ਬਸ ਇੱਕੋ ਸਿਰਫ ਇੱਕੋ ਦੁਆ ਹੈ ਕਿ ਸਾਰੇ ਹੱਕ ਮਿਲਦੇ ਰਹਿਣ ਸਾਰਿਆਂ ਨੂੰ, ਜਿਹੜਾ ਬੰਦਾ ਜਿੰਨੀ ਮਿਹਨਤ ਕਰਦਾ। ਬਿਲਕੁਲ ਬਿਲਕੁਲ ਸਹੀ ਮੈਸੇਜ ਹੈ ਤੁਹਾਡੇ ਵੱਲੋਂ। ਔਰ ਇਹ ਗੱਲ ਹੈਗੀ, ਹੁਣ ਤੁਸੀਂ ਦੇਖੋ ਤੁਸੀਂ ਵੀ 12ਵੀਂ ਕਰਕੇ ਆਏ ਸੀ, ਯੰਗ ਫਾਰ ਦਿਸ ਕੰਟਰੀ ਦੇਖਿਆ ਜਾਵੇ ਤਾਂ ਬਹੁਤ ਸਾਰੇ ਸਟੂਡੈਂਟਸ ਜਿਹੜੇ 12ਵੀਂ ਕਰਕੇ ਆਉਂਦੇ ਨੇ ਇਸ ਦੇਸ਼ ਵਾਸਤੇ ਇੱਕਦਮ ਆ ਕੇ, ਤੁਸੀਂ ਬਿਲਕੁਲ ਨਵੇਂ ਥਾਂ ਤੇ, ਔਰ ਜੇ ਤੁਹਾਨੂੰ ਨਾ ਸਹਾਰਾ ਮਿਲੇ ਔਰ ਐਕਸਪਲੋਇਟ ਹੋਵੋ ਕਿੰਨਾ ਔਖਾ ਹੁੰਦਾ ਉਹਨਾਂ ਵਾਸਤੇ, ਔਰ ਉਹ ਵੀ ਸਪੈਸ਼ਲੀ ਜਦੋਂ ਪੀਆਰ ਲਈ ਲੋਕੀ ਐਕਸਪਲੋਇਟ ਕਰਦੇ ਆ, ਹੋਰ ਵੀ ਜ਼ਿਆਦਾ ਹੁੰਦਾ। ਤੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਵੀ ਆਪਰੇਸ਼ਨ ਦੇ ਵਿੱਚ ਜਿੰਨੇ ਵੀ ਅਸੀਂ ਬਿਜ਼ਨਸਿਸ ਦੇ ਅਰਾਊਂਡ ਜੋ ਵੀ ਹੈਗੇ ਸਾਡੀ ਇਨਵੋਲਵਮੈਂਟ, ਉੱਥੇ ਅਸੀਂ ਮੇਕ ਸ਼ੋਰ ਕਰਦੇ ਹਾਂ ਕਿ ਕੁਛ ਇੱਦਾਂ ਦਾ ਕੋਈ ਨਾ ਪ੍ਰੈਕਟਿਸ ਹੋਵੇ ਸਾਡੇ, ਅਸੀਂ ਮੇਕ ਸ਼ੋਰ ਕਰੀਦਾ ਜਿਹਦਾ ਜਿੰਨਾ ਬਣਦਾ ਹੱਕ ਆ ਉਹਨਾਂ ਮਿਲਦਾ ਰਹੇ। ਚੰਗੀ ਗੱਲ, ਅਸੀਂ ਸਾਰੇ ਭਰਾਵਾਂ ਵਾਂਗੂ ਹੀ ਕੰਮ ਕਰਦੇ ਹਾਂ, ਉੱਥੇ ਕੋਈ ਬੌਸ ਨਹੀਂ, ਕੋਈ ਕੁਛ ਨਹੀਂ, ਅਸੀਂ ਸਾਰੇ ਟੀਮ ਤਰ੍ਹਾਂ ਹੀ ਕੰਮ ਕਰਦੇ ਹਾਂ ਇੱਕ। ਵੈਰੀ ਨਾਈਸ, ਥੈਂਕ ਯੂ ਡੀਪੀ। ਡੀਪੀ ਜਾਂਦੇ ਜਾਂਦੇ ਇੱਕ ਗੀਤ ਹੋਰ ਸੁਣਾ ਦਿਓ, ਕੁਛ ਨਾ ਕੁਛ ਗੀਤ ਜਾਂ ਜੋ ਵੀ ਤੁਹਾਡਾ ਜੀ ਕਰੇ ਸਾਡੇ ਨਾਲ ਸ਼ੇਅਰ ਜ਼ਰੂਰ ਕਰੋ। ਜੀ ਜੀ, ਮੈਂ ਗੀਤ ਮੈਨੂੰ ਲੱਗਦਾ ਕਿ ਆਪਾਂ ਅਗਲੀ ਵਾਰ ਲਈ ਰੱਖ ਲੈਂਦੇ ਹਾਂ, ਹੋਰ ਜਦ ਤੱਕ ਹੋਰ ਆ ਜਾਣਗੇ। ਅਤੇ ਪਰ ਮੈਂ ਇੱਕ ਤੁਹਾਨੂੰ ਇੱਕ ਛੋਟੀ ਜਿਹੀ ਕਵਿਤਾ ਸੁਣਾ ਦਿੰਦਾ, ਇੱਕ ਪਹਿਲਾਂ ਲਿਖੀ ਸੀ, ਬਿਲਕੁਲ ਬਿਲਕੁਲ, ਸਾਲ ਦੋ ਸਾਲ ਪਹਿਲਾਂ ਜੀ। ਅਤੇ ਕਵਿਤਾ ਦਾ ਨਾਂ ਹੈ ਜੀ ਸਿਫਰ। ਸਿਫਰ, ਹਾਂਜੀ, ਜ਼ੀਰੋ ਜ਼ੀਰੋ, ਹਾਂਜੀ। ਲੱਗਦਾ ਹੋਣਾ ਕਈਆਂ ਨੂੰ ਕਿ ਸਾਨੂੰ ਧਰੀ ਧਰਾਈ ਮਿਲ ਗਈ ਹੈ, ਲਿਸ਼ਕ ਦੇ ਲੀੜੇ ਉੱਚਾ ਕਰ ਗੱਡੀ ਖੜੀ ਖੜਾਈ ਮਿਲ ਗਈ ਹੈ, ਹੱਡ ਭੰਨਵੀਂ ਮਿਹਨਤ ਸੀ ਦਿਨ ਚੌਖੇ ਨਹੀਂ ਸੀ, ਸਿਫਰਾਂ ਤੋਂ ਸਿਖਰਾਂ ਤੱਕ ਦੇ ਸਫ਼ਰ ਸੌਖੇ ਨਹੀਂ ਸੀ, ਪੁੱਟਿਆ ਸੀ ਜਦ ਕਦਮ ਘਰ ਦੀ ਦਹਿਲੀਜ਼ ਤੋਂ, ਨਾ ਕੱਢੇ ਕਦੇ ਹੰਝੂ ਨਾ ਵੱਟ ਕਮੀਜ਼ ਤੋਂ, ਸੱਚੀਆਂ ਸੀ ਮੁਰਾਦਾਂ ਮਕਸਦ ਫੋਕੇ ਨਹੀਂ ਸੀ, ਸਿਫਰਾਂ ਤੋਂ ਸਿਖਰਾਂ ਤੱਕ ਦੇ ਸਫ਼ਰ ਸੌਖੇ ਨਹੀਂ ਸੀ, ਹੋਏ ਸੀ ਜਵਾਨ ਬੜਾ ਜਵਾਨੀ ਦਾ ਮਾਣ ਸੀ, ਆਪਣੀ ਦੁਨੀਆਂ 'ਚ ਹੀ ਮਸ਼ਹੂਰ ਸੀ ਬੇਸ਼ੱਕ ਗੁਮਨਾਮ ਸੀ, ਉਡੀਕ ਸੀ ਇੱਕ ਦਿਨ ਦੀ ਕਿ ਅਜੇ ਢੰਗ ਅਨੋਖੇ ਨਹੀਂ ਸੀ, ਸਿਫਰਾਂ ਤੋਂ ਸਿਖਰਾਂ ਤੱਕ ਦੇ ਸਫ਼ਰ ਸੌਖੇ ਨਹੀਂ ਸੀ, ਤਾਨੇ ਸ਼ਾਈਆਂ ਵੀ ਜਰੀਆਂ ਪਰ ਅਣਖਾਂ ਭੁੱਲੇ ਨਹੀਂ, ਉਪਰਾ ਉਪਰਾ ਲੱਗਦਾ ਸੀ ਅਜਨਬੀਆਂ ਨਾਲ ਖੁੱਲੇ ਨਹੀਂ, ਚੁੱਪ ਸੀ ਕਿਉਂਕਿ ਕਾਮਯਾਬੀ ਵਾਲੇ ਕਿੱਲ ਅਜੇ ਠੋਕੇ ਨਹੀਂ ਸੀ, ਸਿਫਰਾਂ ਤੋਂ ਸਿਖਰਾਂ ਤੱਕ ਦੇ ਸਫ਼ਰ ਸੌਖੇ ਨਹੀਂ ਸੀ, ਭੱਜਦੇ ਭੱਜਦੇ ਅਕਸਰ ਠੇਡਾ ਖਾ ਡਿੱਗੇ ਹਾਂ, ਕਣੀਆਂ ਜਾਣ ਕੇ ਨਿਕਲੇ ਸੀ ਤੂਫਾਨਾਂ 'ਚ ਜਾ ਭਿੱਜੇ ਹਾਂ, ਤੁਰਦੇ ਰੁਲਦੇ ਪਹੁੰਚਣਾ ਸੀ, ਤੁਰਦੇ ਰੁਲਦੇ ਪਹੁੰਚਣਾ ਸੀ ਪਰ ਦ੍ਰਿਸ਼ ਹੋਣੀ ਖਲੋਤੇ ਨਹੀਂ ਸੀ, ਸਿਫਰਾਂ ਤੋਂ ਸਿਖਰਾਂ ਤੱਕ ਦੇ ਸਫ਼ਰ ਸੌਖੇ ਨਹੀਂ ਸੀ। ਕਿਆ ਬਾਤ ਹੈ, ਥੈਂਕ ਯੂ, ਵੈਰੀ ਨਾਈਸ, ਵੈਰੀ ਨਾਈਸ, ਰੀਅਲੀ ਇੰਪ੍ਰੈਸਿਵ। ਔਰ ਵਾਕਈ ਇਹ ਸਫ਼ਰ ਸੌਖੇ ਨਹੀਂ ਸੀ ਔਰ ਸੌਖੇ ਨਹੀਂ ਹਨ। ਤੁਸੀਂ ਹੋਰ ਵੀ ਸਿਖਰ ਜ਼ਿੰਦਗੀ ਦੇ ਵਿੱਚ ਛੂਹੋ, ਤੁਸੀਂ ਹੋਰ ਬੁਲੰਦੀਆਂ 'ਤੇ ਜਾਓ। ਸੋ ਡੀ ਪੀ, ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ, ਔਰ ਸ਼ੇਰੇ ਪੰਜਾਬ ਰੇਡੀਓ ਇਜ਼ ਆਲਵੇਜ਼ ਦੇਅਰ ਟੂ ਹੈਲਪ ਯੂ ਵਿਦ ਐਨੀ ਥਿੰਗ ਯੂ ਨੀਡ, ਅਸੀਂ ਸਾਰਿਆਂ ਨੂੰ ਹਮੇਸ਼ਾ ਹੀ ਕਹਿੰਦੇ ਹਾਂ। ਔਰ ਕੋਈ ਸੁਨੇਹਾ ਜਾਂਦੇ ਜਾਂਦੇ ਆਪਣੇ ਪਰਿਵਾਰ ਲਈ, ਆਪਣੇ ਫੈਨਸ ਲਈ, ਆਪਣੇ ਦੋਸਤਾਂ ਲਈ, ਕਿਸੇ ਲਈ ਤੁਸੀਂ ਕੁਛ ਕਹਿਣਾ ਚਾਹੋ? ਨਹੀਂ, ਸੁਨੇਹਾ ਤਾਂ ਕੋਈ ਨਹੀਂ ਹੈ ਜੀ, ਬਸ ਇੱਕ ਪਿਆਰ ਹੈ ਮੇਰਾ, ਬਹੁਤ ਦਿਲੋਂ ਪਿਆਰ ਹੈ ਜੀ ਮੇਰਾ, ਮੇਰੇ ਯਾਰਾਂ ਲਈ, ਮੇਰੇ ਭਰਾਵਾਂ ਲਈ ਜਿਹੜੇ ਹਮੇਸ਼ਾ ਮੇਰੇ ਨਾਲ ਖੜ੍ਹੇ ਹੈ, ਅਤੇ ਮੈਨੂੰ ਮਾਣ ਹੈ ਇਹੋ ਜੀ ਮੇਰੀ ਯਾਰੀ 'ਤੇ, ਗੈਰੀ ਨੱਤ, ਸ਼ਰਨਪ੍ਰੀਤ ਸਿੰਘ, ਗੁਰਕਮਲ ਗਿੱਲ ਅਤੇ ਸਰੀ ਸਕੁਐਡ ਸਾਰੀ ਮੇਰੀ, ਅਤੇ ਮੈਨੂੰ ਮਾਣ ਹੈ ਮੇਰੇ ਭਰਾਵਾਂ 'ਤੇ, ਅਤੇ ਦਿਲੋਂ ਪਿਆਰ ਇਹਨਾਂ ਲਈ ਹਮੇਸ਼ਾ। ਵੈਰੀ ਨਾਈਸ, ਥੈਂਕ ਯੂ ਸੋ ਮਚ ਡੀ ਪੀ ਫੋਰ ਕਮਿੰਗ ਇਨ ਟੂ ਦ ਸਟੂਡੀਓ। ਧੰਨਵਾਦ ਤੁਹਾਡਾ, ਬਹੁਤ ਬਹੁਤ ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲਾਂ ਕਰਕੇ, ਔਰ ਉਮੀਦ ਕਰਦੀ ਹਾਂ ਕਿ ਹੋਰ ਵੀ ਤੁਸੀਂ ਰਾਈਜ਼ ਕਰੋ, ਔਰ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤੁਹਾਡੀ ਇੰਟਰਵਿਊ ਕਰੀਏ, ਅਤੇ ਫਿਰ ਪਲੀਜ਼ ਗਾਣੇ ਜਿਹੜੇ ਆਪਣੇ ਜ਼ਰੂਰ ਹੋਰ ਵੀ ਲੈ ਕੇ ਆਇਓ। ਪੱਕੀ ਗੱਲ ਹੈ ਜੀ, ਹੈਗੇ ਗਾਣੇ ਹੈਗੇ, ਬਸ ਅਗਲੀ ਵਾਰੀ ਤੁਹਾਨੂੰ। ਵੈਰੀ ਨਾਈਸ, ਥੈਂਕ ਯੂ ਡੀ ਪੀ, ਸ਼ੁਕਰੀਆ ਬਹੁਤ ਬਹੁਤ, ਸ਼ੁਕਰੀਆ।